चावर शतर तख दे मालिक तन सतगुरु श्री गुरु ग्रंथ साहिब जी दी पावन पवित्र हजूरी अंदर सुभायमान गुरु का खास रूप गुरु प्यारे गुरु सवारे सत संगी जनो वड भागे हाँ संध्या वेले दे दीवाना दिया हाजरियां भर के जीवन दिया अमुलक घड़िया नू सफल बनाउन दा जतन पै करदे हाँ वड भागी हर संगत पावे पाग ही ना प्राम चोटा खावे सतगुर सच्चे पातशाह जी दी संगत जेड़ी है वड़े भागां दे नाल वड़ी किस्मत दे नाल ही प्राप्त होया करदी है। भागां तू ही ना मनुख जेड़ा है अपनी जिंदगी दे विच भटकदा ही रहिंदा है उस नूं अपने जीवन दे अंदर टिकाव नहीं है उस दी बिरती भटकती ही रहती है। वड़े पाक हन जो गुरु कोल बैठे हाँ गुरु चरणा दे विच गुरु दी उस्तत नूं श्रवण करन दा सुभाग समा प्राप्त होया है। सतगुरु धन श्री गुरु अर्जन देव पातशाह जी तनासुरी राग दे अंदर कृपा करदे हन जो कि असी सतगुरु जी दे पावन पवित्र मुबारक रसना तों इस पावन पवित्र हुक्म नूं श्रवण कीता है। इस शब्द दे अंदर सतगुरु जी कृपा कर रहे हन तनासुरी महला पंजवां घर बारवां एक ओंकार सतगुरु प्रसाद तनासरी राग है महला पंजवां धन श्री गुरु अर्जन देव पातशाह जी शहीदां दे सरताज तत्तियां लोहां नूं ठारन वाले तत्तियां रेतां नूं ठारन वाले धन सतगुरु श्री गुरु अर्जन देव पातशाह जी मुबारक रसना तों पावन पवित्र हुक्म दी दात बख्शिश करदे हन। घर बारवां इस शब्द नूं बारहवें घर दे विच गाउण दी हदायत कीती गई है। एक ओंकार सतगुर प्रसाद वाहिगुरु परमात्मा एक है ते सदीवी होंद वाले गुरु दी मेहरामत मेहर बख्शिश कृपा दे नाम प्राप्त हुंदा है। बंदना हर बंदना गुण गाहो गोपाल राय हे भाई परमात्मा नु सदा नमस्कार करया करो प्रभु पातशाह दे गुण गांदे रहो। ये पहली पंक्ति है शब्द की आरंभता दे विच। हरेक धर्म नूं जदों देखी दे तो उहदे अंदर कोई नमस्कार कर रहे कोई वंदना करदा कोई सिजदा करदा कोई सलाम करदा ते कोई आदेश करदा। वंदना करना भाव नमस्कार करनी है। सलाम जिहड़ी है ईसाई धर्म के अंदर कीती जाती है। सिजदा जिहड़ा है वो मुस्लिम धर्म के अंदर कीता जाता है। ते आदेश जिहड़ा ये जोगी फिरके वाले करते हैं योग धर्म वाले आदेश करते हैं। असीं पढ़ते हाँ ना आद अनिल अनाद अनाहत जो जुग एको वेश दी पढ़ते आदेश बाबा आदेश
ਇਹ ਜੋਗੀਆਂ ਦੇ ਨਾਲ ਸੰਬੰਧਿਤ ਸ਼ਬਦ ਹੈ। ਜੋਗੀ ਆਦੇਸ਼ ਕਰਦੇ ਨੇ। ਹਰੇਕ ਧਰਮ ਦੇ ਇਹ ਵੱਖ ਵੱਖ ਚਿੰਨ ਨੇ। ਉਸ ਮਾਲਕ ਨੂੰ ਕੋਈ ਨਮਸਕਾਰ ਕਰਦਾ, ਕੋਈ ਸਿਜਦਾ ਕਰਦਾ, ਕੋਈ ਸਲਾਮ ਕਰਦਾ, ਕੋਈ ਆਦੇਸ਼ ਕਰਦਾ। ਇਹ ਪਰਿਆਇਵਾਚੀ ਸ਼ਬਦ ਨੇ। ਭਾਵ ਇਹਨਾਂ ਸਾਰਿਆਂ ਦੇ ਇੱਕੋ ਹੈ ਕਿ ਉਸ ਪਰਮਾਤਮਾ ਦੇ ਅੱਗੇ ਆਪਣੇ ਆਪ ਨੂੰ ਨਿਭਾਉਣਾ ਹੈ, ਉਸ ਨੂੰ ਨਮਸਕਾਰ ਕਰਨੀ ਹੈ। ਤੇ ਨਮਸਕਾਰ ਇਹ ਨਹੀਂ ਕਿ ਸਿਰ ਨੂੰ ਝੁਕਾਉਣਾ ਹੀ ਨਮਸਕਾਰ ਹੈ। ਜਦੋਂ ਵੀ ਕਿਸੇ ਨੂੰ ਨਮਸਕਾਰ ਕੀਤੀ ਜਾਂਦੀ ਹੈ, ਕਿਸੇ ਦੇ ਪੈਰੀ ਪਿਆ ਜਾਂਦਾ, ਕਿਸੇ ਨੂੰ ਸਿਜਦਾ ਕੀਤਾ ਜਾਂਦਾ, ਭਾਵੇਂ ਉਹ ਸਾਡਾ ਪਰਿਵਾਰ ਕੋਈ ਮੈਂਬਰ ਹੈ, ਆਪਣੇ ਤੋਂ ਵੱਡੇ ਨੂੰ ਇਹ ਆਪਣਾ ਸਨਮਾਨ ਤੇ ਸਤਿਕਾਰ ਦਿੱਤਾ ਜਾਂਦਾ ਕਿ ਸਾਡੇ ਤੋਂ ਵੱਡਾ ਹੈ। ਵੱਡੇ ਦੇ ਅੱਗੇ ਸਿਰ ਵੀ ਝੁਕਾਇਆ ਜਾਂਦਾ, ਪੈਰਾਂ ਨੂੰ ਹੱਥ ਵੀ ਲਾਏ ਜਾਂਦੇ ਨੇ। ਇਹ ਆਪਣੇ ਵਡੱਪਣ ਨੂੰ ਤਿਆਗਣ ਦੀ ਗੱਲ ਹੈ, ਆਪਣਾ ਆਪ ਤਿਆਗਣ ਦੀ ਗੱਲ ਹੈ ਕਿ ਕਿਸੇ ਦੂਸਰੇ ਦੇ ਅੱਗੇ ਆਪਣੇ ਆਪ ਨੂੰ ਝੁਕਾਉਣਾ। ਜੇਕਰ ਕੱਲਾ ਸਰੀਰ ਨੂੰ ਝੁਕਾਉਣਾ ਨਹੀਂ ਹੁੰਦਾ, ਜੇਕਰ ਮਨੂ ਨਹੀਂ ਝੁਕਦਾ। ਸਰੀਰ ਝੁਕਾਉਣਾ ਕੱਲਾ ਝੁਕਣਾ ਨਹੀਂ ਹੁੰਦਾ, ਇਹਦੇ ਵਿੱਚ ਮਨ ਨੂੰ ਝੁਕਾਉਣਾ ਬੜਾ ਜ਼ਰੂਰੀ ਹੈ। ਜੇਕਰ ਮਨ ਝੁਕਦਾ ਹੈ ਤੇ ਫਿਰ ਸਰੀਰ ਝੁਕਾਉਣ ਦਾ ਫਾਇਦਾ ਹੈ। ਜੇਕਰ ਗੁਰੂ ਨੂੰ ਅਸੀਂ ਨਮਸਕਾਰ ਕਰਦੇ ਹਾਂ, ਵੰਦਨਾ ਕਰਦੇ ਹਾਂ, ਤੇ ਕਿਤੇ ਇਹ ਨਾ ਹੋਵੇ ਕਿ ਸਾਡੇ ਸਰੀਰ ਦੇ ਅੰਦਰ ਕਪਟ ਹੋਵੇ, ਫਰੇਬ ਹੋਵੇ, ਚਲਾਕੀ ਹੋਵੇ। ਮਨ ਤੇ ਝੁਕ ਨਹੀਂ ਰਿਹਾ, ਸਰੀਰ ਝੁਕਦਾ ਹੈ। ਜੇ ਮਨ ਨਹੀਂ ਝੁਕਦਾ ਤੇ ਫਿਰ ਸਰੀਰ ਝੁਕਾਉਣ ਦਾ ਕੋਈ ਫਾਇਦਾ ਨਹੀਂ। ਸਰੀਰ ਤੇ ਇੱਕ ਸ਼ਿਕਾਰੀ ਵੀ ਝੁਕਾਉਂਦਾ ਹੈ, ਇੱਕ ਅਪਰਾਧੀ ਬੰਦਾ ਵੀ ਸਰੀਰ ਝੁਕਾਉਂਦਾ ਹੈ। ਜਦੋਂ ਹਿਰਨ ਦਾ ਸ਼ਿਕਾਰ ਕਰਦਾ ਹੈ ਨਾ, ਉਹ ਸ਼ਿਕਾਰੀ ਜਿਹੜਾ ਹੈ ਬੜਾ ਟੇਢਾ ਹੋ ਕੇ ਬੜਾ ਆਪਣੇ ਸਰੀਰ ਨੂੰ ਥੱਲੇ ਲੰਮੇ ਪਾਉਂਦਾ ਹੈ, ਸਿਰ ਸਰੀਰ ਨੂੰ ਝੁਕਾਉਂਦਾ ਹੈ, ਪਰ ਉਸ ਦੇ ਸਰੀਰ ਝੁਕਾਉਣ ਦੇ ਵਿੱਚ ਕਪਟ ਹੈ, ਵਾਹਿਗੁਰੂ, ਫਰੇਬ ਹੈ, ਚਲਾਕੀ ਹੈ, ਵਾਹਿਗੁਰੂ, ਖੋਟ ਹੈ। ਉਹਦੀ ਸਿਰ ਝੁਕਾਉਣ ਦੇ ਵਿੱਚ ਕੋਈ ਨਾ ਕੋਈ ਕਿਸੇ ਦੀ ਜਾਨ ਨੂੰ ਹਾਨੀ ਦੇਣ ਦੀ ਕਰਕੇ ਉਹ ਸਿਰ ਝੁਕਾਉਂਦਾ, ਕਿਸੇ ਨੂੰ ਮਾਰਨ ਦੇ ਲਈ ਸਿਰ ਝੁਕਾਉਂਦਾ, ਪਰ ਸਿਰ ਤੇ ਉਹ ਵੀ ਝੁਕਾਰ ਹੈ। ਜੇ ਇਕੱਲਾ ਸਿਰ ਝੁਕਾਉਣ ਦੀ ਗੱਲ ਹੀ ਹੈ ਤੇ ਸਿਰ ਤੇ ਇੱਕ ਸ਼ਿਕਾਰੀ ਵੀ ਝੁਕਾ ਰਿਹਾ, ਸਰੀਰ ਇੱਕ ਸ਼ਿਕਾਰੀ ਵੀ ਝੁਕਾ ਰਿਹਾ। ਆਸਾ ਕੀ ਵਾਰ ਦੇ ਅੰਦਰ ਆਪਾਂ ਪੜ੍ਹਦੇ ਅਪਰਾਧੀ ਦੂਣਾ ਨਿਵੈ ਜਿਉ ਹੰਤਾ ਮਿਰਗਾਏ, ਸੀਸ ਨਿਵਾਇਆ ਕਹਿਤੀਐ ਜਾ ਹਿਰਦੇ ਕੁਸੋ ਤੇ ਜਾਏ। ਅਪਰਾਧੀ ਦੂਣਾ ਨਿਵੈ, ਉਹ ਤੇ ਇੱਕ ਡੰਡੌਤ ਇੱਕ ਬੰਧਨ ਕਰਨ ਨਾਲੋਂ ਵੀ ਜ਼ਿਆਦਾ ਝੁਕਦਾ ਹੈ। ਉਹਦੇ ਝੁਕਣ ਦੇ ਵਿੱਚ ਫਰਕ ਹੈ, ਇੱਕ ਮਾਲਕ ਨੂੰ ਨਮਸਕਾਰ ਕਰਨਾ, ਇੱਕ ਉਸਦੀ ਵੰਦਨਾ ਕਰਨੀ, ਇੱਕ ਨਮਸਕਾਰ ਕਰਨੀ। ਇਹਦੇ ਵਿੱਚ ਤੇ ਉਸ ਮਾਲਕ ਨੂੰ ਸਿਜਦਾ ਕੀਤਾ ਜਾਂਦਾ ਹੈ, ਆਪਣਾ ਆਪਣਾ ਭਾਵ ਉਸ ਮਾਲਕ ਦੇ ਅੱਗੇ ਸਮਰਪਿਤ ਕੀਤਾ ਜਾਂਦਾ ਹੈ। ਪਰ ਇੱਕ ਉਹ ਸ਼ਿਕਾਰੀ ਵੀ ਸਿਰ ਝੁਕਾਉਂਦਾ ਹੈ। ਸਤਿਗੁਰੂ ਜੀ ਕਹਿੰਦੇ ਅਪਰਾਧੀ ਦੂਣਾ ਨਿਭਦਾ, ਕਿਉਂ ਨਿਭਦਾ, ਕਿਉਂ ਆਪਣੇ ਸਿਜਦਾ ਕਰਦੇ, ਕਿਉਂ ਥੱਲੇ ਧਰਤੀ ਦੇ ਉੱਤੇ ਆਪਣੇ ਸਰੀਰ ਨੂੰ ਲਟਾਉਂਦਾ। ਅਪਰਾਧੀ ਦੂਣਾ ਨਿਵੇ ਜਿਉ ਹੰਤਾ ਮਿਰਗਾਹੀ, ਹੰਤਾ ਦਾ ਕਿ ਮਾਰਨ, ਮਿਰਗਾਹੀ ਦਾ ਕਿ ਹਿਰਨ। ਜਦੋਂ ਸ਼ਿਕਾਰੀ ਹਿਰਨ ਦਾ ਸ਼ਿਕਾਰ ਕਰਦਾ ਹੈ ਤੇ ਕੋਸ਼ਿਸ਼ ਹੁੰਦੀ ਹੈ ਉਹਦੀ ਕਿ ਹਿਰਨ ਨੂੰ ਇਸ ਗੱਲ ਦਾ ਪਤਾ ਨਾ ਲੱਗੇ ਕਿ ਕੋਈ ਮੇਰਾ ਸ਼ਿਕਾਰ ਕਰਨ ਵਾਲਾ ਵੀ ਹੈ, ਕਿਉਂਕਿ ਹਿਰਨ ਨੂੰ ਕੰਡੇ ਹੇਰੇ ਦੇ ਨਾਲ ਸੁਣਨ ਦਾ ਜਿਹੜਾ ਰਸ ਹੈ, ਜਦੋਂ ਸ਼ਿਕਾਰੀ ਉਸ ਨੂੰ ਪਕੜਦਾ ਹੈ, ਜਦੋਂ ਉਸ ਨੂੰ ਪਕੜਨਾ ਹੁੰਦਾ ਹੈ, ਹਿਰਨ ਦਾ ਸ਼ਿਕਾਰ ਕਰਨਾ ਹੁੰਦਾ ਹੈ, ਤੇ ਉਸ ਸ਼ਿਕਾਰੀ ਦੇ ਕੋਲ ਇੱਕ ਕੰਡੇ ਹੇੜੇ ਦਾ ਸਾਜ ਹੁੰਦਾ ਹੈ, ਉਹ ਸਾਜ ਨੂੰ ਵਜਾਉਂਦਾ ਤੇ ਉਸ ਦੇ ਮੋਹ ਦੇ ਵਿੱਚ ਖਚਿਤ ਹੋਇਆ ਹਿਰਨ ਖੁਦ ਸ਼ਿਕਾਰੀ ਵੱਲ ਚੱਲ ਕੇ ਹੁੰਦਾ ਹੈ, ਖੁਦ ਸ਼ਿਕਾਰੀ ਵੱਲ ਚੱਲ ਕੇ ਹੁੰਦਾ ਹੈ, ਤੇ ਸ਼ਿਕਾਰੀ ਉਹਨੂੰ ਸ਼ਿਕਾਰ ਕਰਨ ਵਾਸਤੇ ਆਪਣਾ ਆਪ ਨਿਭਾ ਦਿੰਦਾ ਕਿ ਹਿਰਨ ਨੂੰ ਇਹ ਪਤਾ ਨਾ ਲੱਗੇ ਕਿ ਮੈਨੂੰ ਮੇਰਾ ਸ਼ਿਕਾਰ ਕਰਨ ਵਾਲਾ ਕੋਈ ਕਿੱਥੇ ਆ ਤੇ ਕਿੱਥੇ ਨਹੀਂ, ਕਿਉਂਕਿ ਜੇ ਸਾਹਮਣੇ ਦੇਖਦੇ ਹਿਰਨ ਨਹੀਂ ਆਵੇ। ਸਤਿਗੁਰੂ ਜੀ ਕਹਿੰਦੇ ਇਕੱਲਾ ਸਿਰ ਝੁਕਾਉਣ ਦਾ ਮਤਲਬ ਇਹ ਨਹੀਂ, ਸਰੀਰ ਨੂੰ ਝੁਕਾਉਣਾ ਹੀ ਨਹੀਂ ਇਕੱਲਾ, ਜੇਕਰ ਮਨ ਝੁਕਦਾ ਸਰੀਰ ਝੁਕਣ ਦਾ ਝੁਕਾਉਣ ਦਾ ਤਾਂ ਫਾਇਦਾ। ਅਪਰਾਧੀ ਦੂਣਾ ਨਿਵੈ ਜਿਉ ਹੰਤਾ ਮਿਰਗਾਹੀਏ,
ਸੀਸ ਨਿਵਾਇਆ ਕਿਆ ਚੀਜ਼ ਹੈ? ਸੀਸ ਬੋਲਦੇ ਸਿਰ, ਵਾਹਿਗੁਰੂ, ਸਿਰ ਝੁਕਾਉਣ ਦਾ ਕੀ ਫਾਇਦਾ ਹੈ? ਸੀਸ ਨਿਵਾਇਆ ਕਿਆ ਚੀਜ਼ ਹੈ? ਜਾਂ ਹਿਰਦੇ ਕੁਸੁੱਟੇ ਜਾਏ, ਜੇ ਹਿਰਦੇ ਦੇ ਵਿੱਚ, ਜੇ ਹਿਰਦੇ ਦੇ ਵਿੱਚ ਖੋਟ ਹੈ, ਕਪਟ ਹੈ, ਵਾਹਿਗੁਰੂ, ਛਲ ਹੈ, ਫਰੇਬ ਹੈ, ਫਿਰ ਇਸ ਸਰੀਰ ਝੁਕਾਉਣ ਨੂੰ, ਇਸ ਸੀਸ ਝੁਕਾਉਣ ਦਾ ਕੋਈ ਲਾਭ ਨਹੀਂ, ਕੋਈ ਫਾਇਦਾ ਨਹੀਂ, ਜੇ ਸਾਡੇ ਅੰਦਰ ਖੋਟ ਹੈ। ਉਹ ਭਾਵੇਂ ਅਸੀਂ ਆਪਣੇ ਤੇ ਵੀ ਇਹ ਗੱਲ ਲਾਗੂ ਕਰ ਲਈਏ, ਜੇ ਗੁਰੂ ਕੋਲ ਆਉਂਦੇ ਹਾਂ ਤੇ ਜੇ ਸਾਡੇ ਮਨ ਦੇ ਵਿੱਚ ਕਿਸੇ ਪ੍ਰਤੀ ਖੋਟ ਹੈ ਨਾ, ਤੇ ਫਿਰ ਉਹ ਸਿਰ ਝੁਕਾਉਣ ਦਾ ਕੀ ਫਾਇਦਾ? ਅੰਦਰੋਂ ਖੋਟ ਕੱਢ ਕੇ ਗੁਰੂ ਦੇ ਅੱਗੇ ਆਪਣੇ ਆਪ ਨੂੰ ਸਮਰਪਿਤ ਕਰਨਾ ਹੈ, ਆਪਣਾ ਆਪ ਗੁਰੂ ਅੱਗੇ ਅਰਪਣ ਕਰਨਾ, ਭੇਟ ਕਰਨਾ, ਆ ਸਿਰ ਭੇਟ ਕਰਨਾ। ਬੰਦਨਾ ਹਰ ਬੰਦਨਾ ਗੁਣ ਗਾਵੋ ਗੁਰ ਗੋਪਾਲ ਰਾਏ, ਬੰਦਨਾ ਦਾ ਅਰਥ ਹੀ ਹੈ ਨਮਸਕਾਰ ਕਰਨੀ, ਤੇ ਨਮਸਕਾਰ ਕਰਨ ਦਾ ਮਤਲਬ ਇਹ ਕਿ ਸਾਰਾ ਕੁਝ ਉਸ ਮਾਲਕ ਦੇ ਅੱਗੇ ਸਮਰਪਿਤ ਕਰ ਦੇਣਾ। ਮਾਲਕ ਜੀ, ਆ ਤਨ ਵੀ ਤੁਹਾਡਾ, ਮਨ ਵੀ ਤੁਹਾਡਾ, ਆ ਸਿਰ ਵੀ ਤੁਹਾਡਾ। ਤੇ ਇੱਕ ਤੇ ਉਹ ਸੀਸ ਝੁਕਾਉਣਾ ਜਿਹਨੂੰ ਸਤਿਗੁਰੂ ਜੀ ਕਹਿੰਦੇ, ਇਹ ਤੇ ਪਾਪ ਕਰਨ ਲਈ ਸਿਰ ਝੁਕਾਉਂਦਾ ਹੈ, ਵਾਹਿਗੁਰੂ, ਤੇ ਫਿਰ ਸਤਿਗੁਰੂ ਜੀ ਇਸ ਸੀਸ ਨੂੰ ਭਲਾ ਵੀ ਕਹਿੰਦੇ ਨੇ, ਪਵਿੱਤਰ ਵੀ ਕਹਿੰਦੇ ਨੇ, ਵਾਹਿਗੁਰੂ, ਸ਼ੋਭਾ ਵਾਲਾ ਵੀ ਕਹਿੰਦੇ ਨੇ। ਸੋ ਸੀਸ ਭਲਾ ਪਾਵਨ, ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ, ਜੋ ਜਾਏ ਲਗੈ ਗੁਰ ਪੈਰੇ ਰਾਮ। ਸਤਿਗੁਰੂ ਜੀ ਕਹਿੰਦੇ ਭਲਾ ਵੀ, ਭਲਾ ਦਾ ਕਿ ਚੰਗਾ ਹੈ। ਸੋ ਸੀਸ ਭਲਾ ਪਵਿੱਤਰ ਸਾਫ ਬਿਰਤੀ, ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ, ਹੇ ਮੇਰੀ ਜਿੰਦੇ, ਉਹ ਸਰੀਰ, ਉਹ ਸੀਸ ਚੰਗਾ ਹੈ, ਉਹ ਪਵਿੱਤਰ ਹੈ, ਉਹ ਪਾਵਨ ਹੈ। ਕਿਹੜਾ? ਸਤਿਗੁਰ ਜੀ, ਜੋ ਜਾਏ ਲੱਗੇ ਗੁਰ ਪੈਰੇ ਰਾਮ, ਜਿਹੜਾ ਗੁਰੂ ਦੇ ਚਰਨਾਂ ਦੇ ਵਿੱਚ ਜਾ ਕੇ ਚੁੱਕਦਾ ਹੈ, ਸਿਰ ਤੇ ਸਾਰਿਆਂ ਨੂੰ ਮਾਲਕ ਨੇ ਦਿੱਤਾ ਪਰ ਗੁਰੂ ਅੱਗੇ ਝੁਕਾਉਂਦਾ, ਤੇ ਕੋਈ ਕੋਈ ਆਸੇ ਪਾਸੇ ਤੇ ਸਾਰੇ ਝੁਕਾ ਲੈਂਦੇ ਨੇ। ਗੁਰੂ ਅੱਗੇ ਸੀਸ ਝੁਕਾਉਣਾ ਜਿਹੜਾ ਨਾ, ਉਹ ਤੇ ਕੋਈ ਵਿਹਲਾ ਝੁਕਾਉਂਦਾ ਜਿਹਨੂੰ ਗੁਰੂ ਦੀ ਸਮਝ ਆ ਜਾਂਦੀ ਹੈ। ਵਾਹਿਗੁਰੂ। ਕੋਈ ਪੱਥਰਾਂ ਅੱਗੇ ਸਿਰ ਝੁਕਾ ਰਿਹਾ ਹੈ, ਕੋਈ ਦਰਖਤਾਂ ਅੱਗੇ, ਕੋਈ ਪਸ਼ੂਆਂ ਅੱਗੇ, ਕੋਈ ਪਾਣੀ ਅੱਗੇ, ਕੋਈ ਅੱਗ ਅੱਗੇ ਝੁਕਾ ਰਿਹਾ, ਸਿਰ ਤੇ ਸਾਰੇ ਝੁਕਾਉਂਦੇ ਨੇ। ਪਰ ਸਤਿਗੁਰੂ ਜੀ ਨੇ ਕਿਹੜੇ ਸੀਸ ਦੀ ਗੱਲ ਕੀਤੀ? ਕਿਹੜੇ ਸੀਸ ਨੂੰ ਚੰਗਾ ਕਹਿ, ਕਿਹੜੇ ਸੀਸ ਨੂੰ ਭਲਾ ਕਹਿ, ਕਿਹੜੇ ਸੀਸ ਨੂੰ ਪਵਿੱਤਰ ਕਹਿ, ਕਿਹੜੇ ਸੀਸ ਨੂੰ ਪਾਵਨ ਕਹਿ? ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ, ਜੋ ਜਾਏ ਲਗੈ ਗੁਰ ਪੈਰੀ ਰਾਮ, ਜਿਹੜਾ ਗੁਰੂ ਦੇ ਚਰਨਾਂ 'ਚ ਝੁਕਦਾ ਹੈ, ਜਿਹੜਾ ਗੁਰੂ ਦੇ ਅੱਗੇ ਆਪਣੇ ਆਪ ਨੂੰ ਝੁਕਾ ਲੈਂਦਾ। ਸਰੀਰ ਝੁਕਾਉਣਾ ਨਹੀਂ, ਆਪਣੀ ਮੱਤ ਵੀ ਗੁਰੂ ਅੱਗੇ ਝੁਕਾਉਣੀ ਹੈ। ਜੇਕਰ ਮੱਤ ਨਹੀਂ ਝੁਕੀ ਤੇ ਫਿਰ ਕੀ ਫਾਇਦਾ? ਜੇ ਮੱਤ, ਫਿਰ ਮੱਤ ਦੇ ਅੰਦਰ ਖੋਟ ਹੈ। ਸਤਿਗੁਰੂ ਜੀ ਕਹਿੰਦੇ, ਇਹ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਹੇ ਭਾਈ, ਪਰਮਾਤਮਾ ਨੂੰ ਸਦਾ ਨਮਸਕਾਰ ਕਰਿਆ ਕਰੋ, ਪ੍ਰਭੂ ਪਾਤਸ਼ਾਹ ਦੇ ਗੁਣ ਗਾਉਂਦੇ ਰਹੋ। ਨਮਸਕਾਰ ਕਰਾਂਗੇ ਤੇ ਉਹਦੇ ਗੁਣ ਗਾਵਾਂਗੇ, ਤੇ ਗੁਣ ਗਾਉਣਾ ਹੀ ਇੱਕ ਕਮਾਈ ਹੈ। ਜੇ ਗੁਰੂ ਕੋਲ ਕੁਝ ਲੈਣਾ ਨਾ, ਤੇ ਉਹਦੇ ਗੁਣਾਂ ਨੂੰ ਗਾਉਣਾ ਹੀ ਇੱਕ ਕਮਾਈ ਹੈ, ਇੱਕ ਲਾਭ ਹੈ, ਉਹਦਾ ਹੀ ਸਾਡੀ ਜ਼ਿੰਦਗੀ ਦੇ ਵਿੱਚ ਫਾਇਦਾ ਹੈ। ਜਿਹਨੂੰ ਆਪਾਂ ਰੋਜ਼ ਖਾਵਾਂਗੇ, ਖਰਚਾਂਗੇ, ਇਹਦੇ 'ਚ ਕੋਈ ਕਮੀ ਨਹੀਂ ਆਉਣੀ। ਖਾਵੇ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਤੋਂ ਜਾਈ। ਇਹ ਐਸਾ ਧਨ ਹੈ ਪਰਮਾਤਮਾ ਦਾ ਗੁਣ, ਇਹ ਧਨ ਅਖੁੱਟ ਨਾਮ ਕੁੱਟੇ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਇਹ ਤੇ ਸਤਿਗੁਰ ਜੀ ਕਹਿੰਦੇ ਐਸਾ ਧਨ ਹੈ, ਇੱਕ ਗੁਣਾਂ ਦਾ ਧਨ ਹੈ, ਗੁਣਾਂ ਦਾ ਖਜ਼ਾਨਾ ਪਰਮਾਤਮਾ ਦਾ ਨਾਮ ਹੈ, ਇਹ ਧਨ ਅਖੁੱਟ, ਵਾਹਿਗੁਰੂ, ਨਾ ਮੁੱਕਣ ਵਾਲਾ, ਇਹ ਧਨ ਅਖੁੱਟ ਨਾ ਨਿਕੁੱਟੇ, ਖਰਚੇ ਦੇ ਨਾਲ ਵੀ ਨਹੀਂ ਮੁੱਕਦਾ, ਨਾ ਜਾਏ, ਨਾ ਇਹਨੂੰ ਕੋਈ ਚੋਰ ਉਚੱਕਾ ਚੜਾ ਸਕਦਾ। ਪਰ ਪਤਾ ਕਿ ਤੂੰ ਲਗਾ ਪੂਰੇ ਸਤਿਗੁਰ ਦੀਆ ਦਿਖਾਏ, ਪੂਰੇ ਸਤਿਗੁਰ ਨੇ ਮੈਨੂੰ ਆ ਨਾਮ ਧਨ ਜਿਹੜਾ ਹਿਰਦੇ ਦੇ ਵਿੱਚੋਂ ਦਿਖਾ ਦਿੱਤਾ ਕਿ ਇਹ ਧਨ ਨੂੰ ਕੋਈ ਦੁਨੀਆਂ ਦੀ ਤਾਕਤ ਲੁੱਟ ਨਹੀਂ ਸਕਦੀ, ਇਹ ਖਰਚਿਆਂ ਨਹੀਂ ਮੁੱਕਦਾ, ਇਹ ਤੇ ਜਿੰਨਾ ਖਰਚੇਗਾ ਓਨਾ ਵਾਧਾ ਪੈਣਾ ਵੇ, ਖਾਵੇ ਖਰਚੇ ਰਲ ਮਿਲ ਭਾਈ, ਤੋੜਨ ਆਵੇ ਵੱਧ ਤੋਂ ਜਾਈ। ਇਹ ਕਦੇ ਮੁੱਕਣ ਵਾਲਾ ਨਹੀਂ, ਇਹ ਕਿਤੇ ਘਟਣ ਵਾਲਾ ਨਹੀਂ, ਇਹ ਨਾਮ ਰੂਪੀ ਧਨ ਐਸਾ ਹੈ
ਸਤਿਗੁਰੂ ਜੀ ਨੇ ਉਸ ਸੀਸ ਦੀ ਵੀ ਗੱਲ ਕੀਤੀ ਜਿਹੜਾ ਸੀਸ ਗੁਰੂ ਦੇ ਚਰਨਾਂ 'ਚ ਝੁਕਦਾ ਉਹ ਚੰਗਾ ਵੀ ਹੈ, ਪਵਿੱਤਰ ਵੀ ਹੈ ਅਤੇ ਪਾਵਨ ਵੀ ਹੈ। ਅਤੇ ਜਿਹੜਾ ਸੀਸ ਨਹੀਂ ਝੁਕਦਾ ਉਹਦੀ ਬਾਬਤ ਵੀ ਤਾਂ ਸਤਿਗੁਰੂ ਜੀ ਨੇ ਬਚਨ ਕੀਤੇ ਹਨ, ਉੱਠ ਫਰੀਦਾ ਉਜੂ ਸਾਜ ਸੁਬਹ ਨਿਵਾਸ ਗੁਜ਼ਾਰ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕਾ ਪੁਤਾਰ। ਵਾਹਿਗੁਰੂ ਵਾਹਿਗੁਰੂ। ਬਾਬਾ ਫਰੀਦ ਜੀ ਕਿਰਪਾ ਕਰਦੇ ਨੇ, ਉਜੂ ਦਾ ਅਰਥ ਹੈ ਕਿ ਜਿਵੇਂ ਸਾਡੇ ਸਿੱਖ ਧਰਮ ਦੇ ਵਿੱਚ ਇਸ਼ਨਾਨ ਕਰਨਾ ਹੈ ਨਾ, ਮੁਸਲਿਮ ਧਰਮ ਦੇ ਅੰਦਰ ਉਜੂ ਬੋਲਦੇ ਨੇ, ਇਸ਼ਨਾਨ ਨੂੰ ਉਜੂ ਬੋਲਦੇ ਨੇ, ਹੱਥਾਂ ਨੂੰ ਧੋਣਾ, ਪੈਰਾਂ ਨੂੰ ਧੋਣਾ, ਪੰਜ ਇਸ਼ਨਾਨਾਂ ਕਰਨਾ ਜਾਂ ਨਹਾਉਣਾ, ਮੁਸਲਿਮ ਧਰਮ ਦੇ ਅੰਦਰ ਉਸਨੂੰ ਉਜੂ ਬੋਲਦੇ। ਜਿੱਦਾਂ ਸਾਡੇ ਸਿੱਖ ਧਰਮ ਦੇ ਅੰਦਰ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਕਰੂਗਾ, ਮਨ ਨਾਲ ਕਿਹਦੇ ਨਾਲ ਰੋਗ ਹੋਣਾ ਵਾ, ਬਾਣੀ ਨਾਲ ਤਨ ਕਿਹਦੇ ਨਾਲ ਰੋਗ ਹੋਣਾ, ਨਹਾਉਂਦੇ ਨਾਲ ਬਾਣੀ ਨਾਲ। ਸਤਿਗੁਰ ਜੀ ਕਹਿੰਦੇ ਕਰ ਇਸ਼ਨਾਨ, ਇਸ਼ਨਾਨ ਕਰਕੇ ਕੀ ਕਰਨਾ, ਸਿਮਰ ਪ੍ਰਭ ਆਪਣਾ, ਆਪਣੇ ਪ੍ਰਭੂ ਦੀ ਯਾਦ ਦੇ ਵਿੱਚ ਜੁੜ, ਆਪਣੇ ਪ੍ਰਭੂ ਦੇ ਸਿਮਰਨ ਦੇ ਵਿੱਚ ਜੁੜ, ਮਨ ਤਨ ਪਏ ਅਰੋਗਾ, ਅਰੋਗ ਹੋ ਜਾਵੇਗਾ, ਰੋਗ ਤੋਂ ਰਹਿਤ ਹੋ ਜਾਵੇਗਾ ਮਨ ਵੀ ਤੇ ਤਨ ਵੀ, ਤਨ ਦਾ ਜਿਹੜਾ ਦਲਿੱਦਰ ਹੈ ਉਹ ਖਤਮ ਹੋ ਜਾਵੇਗਾ। ਪਾਣੀ ਚ ਨਹਾਉਣਾ ਬਿਮਾਰੀ ਦੂਰ ਨਹੀਂ ਹੋਣੀ, ਜੇ ਪਾਣੀ ਨਾ ਪਾਣੀ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਬਿਮਾਰੀਆਂ ਦੂਰ ਹੁੰਦੀਆਂ ਤੇ ਗੁਰੂ ਸਾਹਿਬਾਨਾਂ ਨੂੰ ਦਵਾਖਾਨੇ ਖੋਲਣ ਦੀ ਲੋੜ ਨਹੀਂ ਸੀ। ਕੀਰਤਪੁਰ ਦੀ ਧਰਤੀ ਤੇ ਗੁਰੂ ਅਰਜਨ ਸਾਹਿਬ ਜੀ ਨੇ ਦਵਾਖਾਨਾ ਖੋਲਿਆ, ਤਰਨ ਤਾਰਨ ਦੀ ਧਰਤੀ ਦੇ ਉੱਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਦਵਾਖਾਨਾ ਖੋਲਿਆ। ਗੁਰੂ ਸਾਹਿਬ ਜੀ ਜਦੋਂ ਕਾਲ ਪੈਂਦਾ ਹੈ 1595 ਦੇ ਵਿੱਚ ਲਾਹੌਰ ਦੇ ਵਿੱਚ, ਖੁਦ ਉੱਥੇ ਦਵਾ ਦਾਰੂ ਕਰਦੇ ਨੇ। ਗੁਰੂ ਸਾਹਿਬ ਨੇ ਖੁਦ ਹਰਿਮੰਦਰ ਸਾਹਿਬ ਦੀ ਸੇਵਾ ਚੱਲਦੀ ਨੂੰ ਰੋਕ ਕੇ ਉੱਥੇ ਜਾ ਕੇ ਸੇਵਾ ਕੀਤੀ ਮਨੁੱਖਤਾ ਦੀ। ਤੇ ਇੱਕ ਸੇਵਾਦਾਰ ਗੁਰੂ ਸਾਹਿਬ ਨੂੰ ਕਹਿੰਦਾ, ਗੁਰੂ ਸਾਹਿਬ ਜੀ ਹਰਿਮੰਦਰ ਸਾਹਿਬ ਦੀ ਸੇਵਾ ਰੋਕ ਦਿੱਤੀ ਹੈ ਤੇ ਤੁਸੀਂ ਇੱਥੇ ਪੀੜਤਾਂ ਦੀ ਆਪਣਾ ਸੇਵਾ ਦੇ ਵਿੱਚ ਜੁੜ ਕੇ ਉੱਥੇ ਸੇਵਾ ਬੰਦ ਕਰ ਦਿੱਤੀ। ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜੇ ਆਹ ਹਰਿਮੰਦਰ ਜਿੰਦੇ ਰਹਿਣਗੇ ਤੇ ਉਸ ਹਰਿਮੰਦਰ ਦੀ ਤਦੋਂ ਤੇ ਪੂਜਾ ਹੋਵੇਗੀ। ਆਹ ਸਰੀਰ ਨੂੰ ਹਰਿਮੰਦਰ ਕਿਹਾ ਨਾ ਗੁਰਬਾਣੀ ਦੇ ਅੰਦਰ, ਜੇ ਇਹ ਜਿਉਂਦੇ ਰਹਿਣਗੇ ਤੇ ਫਿਰ ਉਸ ਹਰਿਮੰਦਰ ਦੀ ਪੂਜਾ ਹੋਵੇਗੀ ਨਾ। ਗੁਰੂ ਸਾਹਿਬ ਨੇ ਖੁਦ ਜਾ ਕੇ ਤੇ ਦਵਾ ਦਾਰੂ ਦਿੱਤੀ, ਲੰਗਰ ਪ੍ਰਸ਼ਾਦਾ ਛਕਾਇਆ, ਉੱਥੇ ਲੋੜਵੰਦਾਂ ਨੂੰ ਕੱਪੜੇ ਦਿੱਤੇ, ਦਵਾਈਆਂ ਦਿੱਤੀਆਂ, ਸਾਰਾ ਕੁਛ ਦਿੱਤਾ। ਵਾਹਿਗੁਰੂ। ਸਾਡੇ ਅੰਦਰ ਇਸ ਤਰ੍ਹਾਂ ਦੇ ਵਹਿਮ ਭਰਮ ਪਾ ਦਿੱਤੇ ਗਏ ਨੇ ਕਿ ਨਾਉਣ ਦੇ ਨਾਲ ਬਿਮਾਰੀ ਦੂਰ ਹੋ ਜਾਂਦੀ। ਵਾਹਿਗੁਰੂ ਜੀ ਮਾਫ਼ ਕਰਿਓ, ਜੇਕਰ ਮਨ ਮੈਲਾ ਹੈ ਤੇ ਤਨ ਧੋਣ ਦਾ ਕੀ ਫਾਇਦਾ। ਵਾਹਿਗੁਰੂ। ਤਨ ਦਾ ਦਲਿੱਦਰ ਤੇ ਨਹਾਉਣਾ ਲੱਥ ਸਕਦਾ ਹੈ, ਸੁਸਤਪਣ ਤੇ ਲੱਥ ਸਕਦਾ ਹੈ, ਵਾਹਿਗੁਰੂ, ਪਰ ਬਿਮਾਰੀ ਦਵਾਈ ਦੇ ਨਾਲ ਲੱਥਣ। ਜੇ ਏਡੇ ਏਡੇ ਹੋਸਪਿਟਲ ਡਾਕਟਰ ਹੈ, ਜੇ ਇਕੱਲਾ ਇਸ਼ਨਾਨ ਕਰਨ ਦੇ ਨਾਲ ਕਿਸੇ ਗੰਗਾ ਕਿਸੇ ਸਰੋਵਰ ਦੇ ਵਿੱਚ ਨਹਾਉਣ ਦੇ ਨਾਲ ਹੀ ਰੋਗ ਦੂਰ ਹੋਣੇ ਨੇ, ਤੇ ਫਿਰ ਏਡੇ ਏਡੇ ਦਵਾਰ ਕਰਨੇ ਗੁਰੂ ਸਾਹਿਬ ਨੇ ਉਸ ਸਮੇਂ ਵੀ ਖੋਲੇ। ਦਾਰਾ ਸ਼ਕੋਰ ਖੁਦ ਗੁਰੂਕੁਲ ਚੱਲ ਗਏ। ਵਾਹਿਗੁਰੂ ਵਾਹਿਗੁਰੂ। ਉਹਨੂੰ ਦਾਰਾ ਸ਼ਕੋਰ ਨੂੰ ਸ਼ੇਰ ਦਾ ਵਾਲ ਕਿਸੇ ਰੋਟੀ ਦੇ ਵਿੱਚ ਪਾ ਕੇ ਖਵਾ ਦਿੱਤਾ ਗਿਆ ਸੀ ਤੇ ਉਹਦੇ ਅੰਦਰ ਦੀ ਬਿਮਾਰੀ ਕਿਸੇ ਹਕੀਮ ਕਿਸੇ ਡਾਕਟਰ ਦੇ ਕੋਲ ਨਹੀਂ ਸੀ ਠੀਕ ਹੋਈ ਤੇ ਗੁਰੂ ਹਰਿਰਾਏ ਸਾਹਿਬ ਜੀ ਦੇ ਕੋਲ ਆਉਂਦਾ ਤੇ ਗੁਰੂ ਹਰਿਰਾਏ ਸਾਹਿਬ ਜੀ ਉਹਨੂੰ ਦਵਾ ਦਿੰਦੇ ਨੇ ਤੇ ਫਿਰ ਕਿਤੇ ਠੀਕ ਹੁੰਦਾ। ਦਵਾਖਾਨੇ ਖੋਲੇ ਇਸੇ ਲਈ ਜਿੱਥੇ ਆਪਣਾ ਬਾਣੀ ਜਿਹੜੀ ਹੈ ਆਤਮਾ ਨੂੰ ਬਲਵਾਨ ਕਰਦੀ ਹੈ। ਵਾਹਿਗੁਰੂ। ਸਰੀਰ ਜਿਹੜਾ ਹੈ, ਪਾਣੀ ਜਿਹੜਾ ਹੈ, ਉਹ ਇਸ਼ਨਾਨ ਵੱਲ ਜਦੋਂ ਕਰਦਾ ਬੰਦਾ ਉਹ ਤਨ ਨੂੰ ਅਰੋਗ ਕਰਦਾ, ਤਨ ਨੂੰ ਮਤਲਬ ਕਿ ਤਨ ਦੇ ਦਲਿੱਦਰ ਦੂਰ ਕਰਦਾ। ਇਹ ਸਰੋਵਰਾਂ ਦੇ ਵਿੱਚ ਅਸੀਂ ਇੰਨੀਆਂ ਇੰਨੀਆਂ ਡੁਬਕੀਆਂ ਲਾ ਲਏ, ਇੰਨੇ ਇੰਨੇ ਨਾਲੇ, ਸਾਡੇ ਅੰਦਰੋਂ ਜਾਤ ਦਾ ਘੋਟ ਤੇ ਅਜੇ ਵੀ ਖਤਮ ਨਹੀਂ ਹੁੰਦਾ। ਸਰੋਵਰ ਤੇ ਇਸ ਕਰਕੇ ਬਣਾਇਆ ਸੀ ਨਾ ਕਿ ਸਾਰੇ ਇਕੱਠੇ ਹੋ ਕੇ ਨਹਾਉਣ, ਹਿੰਦੂ ਵੀ ਨਾਵੇ, ਮੁਸਲਿਮ ਵੀ ਨਾਵੇ, ਈਸਾਈ ਵੀ ਨਾਵੇ, ਖੱਤਰੀ ਬ੍ਰਾਹਮਣ ਸ਼ੂਦ ਵੀ ਨਾਵੇ। ਵਾਹਿਗੁਰੂ। ਇਹ ਤੇ ਜਾਤਾਂ ਦੂਰ ਕਰਨ ਵਾਸਤੇ ਗੁਰੂ ਸਾਹਿਬ ਦੀਆਂ ਸਰੋਵਰ ਬਣਾਏ ਸਨ, ਊਚ ਨੀਚਤਾ ਦੀ ਭਾਵਨਾ ਨੂੰ ਖਤਮ ਕਰਨ ਵਾਸਤੇ ਬਣਾਏ ਸਨ। ਇਹ ਇਕੱਲਾ ਇਹ ਨੀ ਕਿ ਆਪਣਾ ਸਰੀਰ ਕੋਈ ਬਿਮਾਰੀ ਲੱਗ ਕੇ ਸਰੋਵਰ ਦੇ ਵਿੱਚ ਨਹਾਇਆ ਜਾਂ ਗੰਗਾ ਦੇ ਵਿੱਚ ਨਹਾਇਆ ਠੀਕ ਹੋ ਜਾਣਾ, ਵੀ ਡਾਕਟਰ ਕੋਲ ਵੀ ਭਾਈ ਜਾਣਾ ਪੈਂਦਾ। ਜਿੱਥੇ ਦਵਾਈ ਦੀ ਜ਼ਰੂਰਤ ਹੈ ਉੱਥੇ ਦਵਾ ਦੀ ਵੀ ਜ਼ਰੂਰਤ ਹੈ। ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਕਿ ਉਸ ਮਾਲਕ ਨੂੰ ਨਮਸਕਾਰ ਕਰਿਆ ਕਰ। ਬਾਬਾ ਫਰੀਦ ਜੀ ਕਹਿੰਦੇ, ਉੱਠ ਫਰੀਦਾ ਉਜੂ ਸਾਜ, ਉੱਠ ਪੈ, ਅੰਮ੍ਰਿਤ ਵੇਲਾ ਹੋ ਗਿਆ। ਇਕੱਲਾ ਬਾਬਾ ਫਰੀਦ ਜੀ ਤੇ ਗੱਲ ਨੀ ਚੁੱਕਦੀ, ਸਾਡੇ ਤੇ ਵੀ ਚੁੱਕਦੀ ਹੈ।
ਉਠ ਫਰੀਦਾ ਉਜੂ ਸਾਜ ਸੁਬਹੇ ਨਿਵਾਜ ਗੁਜ਼ਾਰ ਜਿਵੇਂ ਆਪਾਂ ਨਿਤਨੇਮ ਕਰਦੇ ਹਾਂ ਇਸ਼ਨਾਨ ਕਰਕੇ ਨਿਤਨੇਮ ਕਰਦੇ ਉਠ ਫਰੀਦਾ ਉਜੂ ਸਾਜ ਸੁਬਹੇ ਨਿਵਾਜ ਗੁਜ਼ਾਰ ਉਸ ਅੱਲਾਹ ਤਾਲਾ ਦੀ ਇਬਾਦਤ ਕਰ ਉਸ ਅੱਲਾਹ ਤਾਲਾ ਨੂੰ ਆਪਣਾ ਇਹ ਜਿਹੜੇ ਸਵਾਸ ਉਸਨੇ ਦਿੱਤੇ ਨੇ ਉਸ ਅੱਗੇ ਭੇਟ ਕਰ ਕਿਤੇ ਏਦਾਂ ਹੀ ਨਾ ਸੁੱਤਿਆਂ ਗੁਜ਼ਾਰ ਦੇ ਉਠ ਫਰੀਦਾ ਉਜੂ ਸਾਜ ਸੁਬਹੇ ਨਿਵਾਜ ਗੁਜ਼ਾਰ ਜੋ ਸਿਰ ਸਾਈ ਨਾਨਕ ਸੋ ਸਿਰ ਕੱਪ ਉਤਾਰ ਵਾਹਿਗੁਰੂ ਵਾਹਿਗੁਰੂ ਬਾਬਾ ਫਰੀਦ ਜੀ ਕਹਿੰਦੇ ਜਿਹੜਾ ਸਿਰ ਉਸ ਸਾਈ ਅੱਲਾਹ ਤਾਲਾ ਵਾਹਿਗੁਰੂ ਪਰਮਾਤਮਾ ਦੇ ਅੱਗੇ ਨਹੀਂ ਨਾ ਚੁੱਕਦਾ ਉਹਨੂੰ ਕੱਟ ਕੇ ਸੁੱਟ ਦੇ ਕੀ ਫਾਇਦਾ ਇਹੋ ਜਿਹੇ ਸਰੀਰ ਦਾ ਇਹੋ ਜਿਹੇ ਸਿਰ ਨੂੰ ਕੀ ਕਰਨਾ ਜਿਹੜਾ ਉਸ ਮਾਲਕ ਦੀ ਇਬਾਦਤ ਨਹੀਂ ਕਰਦਾ ਉਸਦੇ ਦੱਸੇ ਮਾਰਗ ਤੇ ਨਹੀਂ ਚੱਲਦਾ ਇਸ਼ਨਾਨ ਨਹੀਂ ਕਰਦਾ ਅੰਮ੍ਰਿਤ ਵੇਲੇ ਦੀ ਸੰਭਾਲ ਨਹੀਂ ਕਰਦਾ ਫਿਰ ਅੱਗੇ ਹੋਰ ਇੱਕ ਸਲੋਕ ਬਾਬਾ ਫਰੀਦ ਜੀ ਨੇ ਉਚਾਰਨ ਕੀਤਾ ਬੰਦਨਾ ਔਰ ਬੰਦਨਾ ਗੁਣ ਗਾਓ ਗੋਪਾਲ ਰਾਏ ਇਹ ਭਾਈ ਉਸ ਪਰਮਾਤਮਾ ਨੂੰ ਨਮਸਕਾਰ ਕਰੋ ਉਸਦੇ ਗੁਣਾਂ ਨੂੰ ਗਾਉਣਾ ਕਰੋ ਤੇ ਜਿਹੜੇ ਸਿਰ ਨਮਸਕਾਰ ਨਹੀਂ ਕਰਦੇ ਜਿਹੜੇ ਝੁਕਦੇ ਨਹੀਂ ਸਤਿਗੁਰ ਜੋ ਸਿਰ ਸਾਈ ਨਾਨਕ ਸੋ ਸਿਰ ਕੀਜੈ ਕਾਈ ਜਿਹੜਾ ਸਿਰ ਉਸ ਕਰਤੇ ਦੇ ਅੱਗੇ ਝੁਕਦਾ ਨਹੀਂ ਉਹ ਸਿਰ ਨੂੰ ਕੀ ਕਰਨਾ ਕੁੰਨੇ ਹੇਠ ਜਲਾਈ ਹੈ ਬਾਲਣ ਸੰਧੇ ਥਾਏ ਕੁੰਨੇ ਬੋਲਦੇ ਨੇ ਚੁੱਲ੍ਹਾ ਚੁੱਲ੍ਹੇ ਦੇ ਵਿੱਚ ਕੀ ਬਾਲਦੇ ਆ ਲੱਕੜਾਂ ਗੋਏ ਬਾਲਦੇ ਲੱਕੜਾਂ ਬਾਲਦੇ ਨੇ ਬਾਲਣ ਬਾਲਦੇ ਕਹਿ ਲਓ ਬਾਬਾ ਫਰੀਦ ਜੀ ਕਹਿੰਦੇ ਜਿਹੜਾ ਸਿਰ ਨਹੀਂ ਨਾ ਚੜ ਚੁੱਕਦਾ ਜੋ ਸਿਰ ਸਾਈ ਨਾਨਕ ਸੋ ਸਿਰ ਕੀਜੈ ਕਾਈ ਕੀ ਕਰਨਾ ਇਹੋ ਜਿਹੇ ਸਿਰ ਨੂੰ ਜਿਹੜਾ ਮਾਲਕ ਦੇ ਅੱਗੇ ਚੁੱਕਦੇ ਨੇ ਕੁੰਨੇ ਹੇਠ ਜਲਾਈ ਹੈ ਬਾਲਣ ਸੰਧੇ ਥਾਏ ਉਹਨੂੰ ਤੇ ਚੁੱਲ੍ਹੇ ਦੇ ਵਿੱਚ ਸਾੜ ਦਵੋ ਬਾ ਜਿੱਥੇ ਬਾਲਣ ਬਾਲੋ ਉੱਥੇ ਸਿਰ ਵੱਢ ਕੇ ਉਹਦੇ ਵਿੱਚ ਚੁੱਲ੍ਹੇ ਦੇ ਵਿੱਚ ਸੁੱਟ ਦਵੋ ਚੁੱਲ੍ਹੇ ਦੇ ਵਿੱਚ ਸੁੱਟ ਦਵੋ ਇੰਨੇ ਸਖ਼ਤ ਬਚਨ ਨੇ ਸਤਿਗੁਰ ਜੀ ਦੇ ਜਿਹੜਾ ਸਿਰ ਉਸ ਮਾਲਕ ਦੇ ਅੱਗੇ ਨਹੀਂ ਚੁੱਕਦਾ ਵਾਹਿਗੁਰੂ ਸਤਿਗੁਰ ਜੀ ਕਹਿੰਦੇ ਉਹ ਸਿਰ ਜਿਹੜਾ ਨਾ ਉਹ ਚੁੱਲ੍ਹੇ ਦੇ ਵਿੱਚ ਲਾ ਦਿਓ ਉਸ ਬਾਲਣ ਜਗ੍ਹਾ ਦੀ ਥਾਂ ਉਸ ਸਿਰ ਨੂੰ ਬਾਲੋ ਉਸ ਸਿਰ ਦੀ ਅੱਗ ਬਾਲੋ ਜਿਹੜਾ ਸਿਰ ਉਸ ਮਾਲਕ ਦੇ ਅੱਗੇ ਨਹੀਂ ਚੁੱਕਦਾ ਵੰਦਨਾ ਕਰਨੀ ਉਸ ਮਾਲਕ ਨੂੰ ਵਾਹਿਗੁਰੂ ਨਮਸਕਾਰ ਕਹਿੰਦੇ ਨਮਸਕਾਰ ਸਿਰ ਕਰਦਾ ਹੈ ਨਮਸਕਾਰ ਤਨ ਕਰਦਾ ਹੈ ਇੱਕ ਬੰਨੇ ਸਤਿਗੁਰ ਨੇ ਉਹ ਸੀਸ ਨੂੰ ਕਿਹਾ ਭਲਾ ਪਵਿੱਤਰ ਪਾਵਨ ਤੇ ਦੂਸਰੇ ਬੰਨੇ ਉਹ ਸਿਰ ਦੀ ਵੀ ਗੱਲ ਕੀਤੀ ਜਿਹੜਾ ਸਿਰ ਸਾਈ ਦੀ ਇਬਾਦਤ ਨਹੀਂ ਕਰਦਾ ਜਿਹੜਾ ਸਿਰ ਉਸ ਮਾਲਕ ਕਰਦੇ ਦੇ ਅੱਗੇ ਨਹੀਂ ਚੁੱਕਦਾ ਉਹਨੂੰ ਸਤਿਗੁਰ ਜੀ ਕਹਿੰਦੇ ਇਹਨੂੰ ਕੱਟ ਕੇ ਸੁੱਟ ਦੇ ਜਾਂ ਤੇ ਉਸ ਚੁੱਲ੍ਹੇ ਦੇ ਵਿੱਚ ਡਾ ਦੇ ਜਿਹਦੇ ਚ ਤੂੰ ਲੱਕੜਾਂ ਬਾਲ ਦੇ ਲੱਕੜਾਂ ਦੀ ਥਾਂ ਦੇ ਉੱਤੇ ਇਸ ਸਿਰ ਨੂੰ ਉਸ ਚੁੱਲ੍ਹੇ ਦੇ ਵਿੱਚ ਡਾ ਦੇ ਬਾਲ ਦੇ ਕੁੰਨੇ ਹੇਠ ਜਲਾਈਏ ਬਾਲਣ ਸੰਧੇ ਥਾਏ ਸੰਧੇ ਦਾ ਦੀ ਬਾਲਣ ਦੀ ਥਾਂ ਇਸ ਸਿਰ ਨੂੰ ਸੁੱਟ ਦੇ ਇਸ ਸਿਰ ਨੂੰ ਉਸ ਚੁੱਲ੍ਹੇ ਦੇ ਵਿੱਚ ਆ ਕਢਾ ਕੇ ਇਹਦਾ ਫਾਇਦਾ ਉਠਾ ਜੇਕਰ ਇਹ ਮਾਲਕ ਦੀ ਇਬਾਦਤ ਨਹੀਂ ਕਰਦਾ ਤਾਂ ਫਾਇਦਾ ਕੀ ਇਸ ਸਿਰ ਦਾ ਇੱਕ ਬੰਨੇ ਦੇ ਸਤਿਗੁਰੂ ਜੀ ਕਹਿੰਦੇ ਸੂਰਾ ਸੂ ਪਹਿਚਾਨੀ ਜੋ ਲੜੇ ਦੀਨ ਕੇ ਹੇਠ ਪੁਰਜਾ ਪੁਰਜਾ ਕੱਟ ਮਰੇ ਕਪੂ ਸਾਡੇ ਕੇ ਇੱਥੇ ਤੇ ਸਿਰ ਦੇਣ ਦੀ ਗੱਲ ਸੀ ਸਿਰ ਦਿੱਤਾ ਨਹੀਂ ਮਤ ਆਪਣੇ ਕੋਲ ਰੱਖੀਏ ਸਿਰ ਉਸ ਮਾਲਕ ਨੂੰ ਚੁਕਾਇਆ ਨਹੀਂ ਉਹਦੀ ਇਬਾਦਤ ਨਹੀਂ ਕੀਤੀ ਸਤਿਗੁਰੂ ਜੀ ਕਿਰਪਾ ਕਰਨੀ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਉਸ ਮਾਲਕ ਦੇ ਹੈ ਭਾਈ ਪਰਮਾਤਮਾ ਨੂੰ ਸਦਾ ਨਮਸਕਾਰ ਕਰਿਆ ਕਰੋ ਤੇ ਉਸ ਮਾਲਕ ਤੇ ਸਦਾ ਗੁਣ ਗਾਇਆ ਕਰੋ ਜੇ ਗੁਣ ਗਾਵਾਂਗੇ ਤੇ ਤਦੋਂ ਹੀ ਔਗਣਾ ਬਾਹਰ ਨਿਕਲਦੇ ਜੇ ਗੁਣ ਨਹੀਂ ਗਾਵਾਂਗੇ ਤੇ ਔਗਣਾ ਦੇ ਨਾਲ ਭਰਿਆ ਰਹਿਣਾ ਸਿਰ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖਾਈ ਮਾਇਆ ਮੋਹ ਪਰਮ ਪੈ ਪੂਲੇ ਸੁਤ ਦਾਰਾ ਸੁਤ ਪ੍ਰੀਤ ਲਗਾਈ ਇੱਕ ਉੱਤੋਂ ਪੰਥ ਸੁਣਿਓ ਗੁਰ ਸੰਗਤ ਤੇ ਮਲੰਦ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੇ ਗੁਰ ਰਾਮਦਾਸ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਓ
ਜਾਂਦਾ ਹੈ। ਵੱਡੀ ਕਿਸਮਤ ਦੇ ਨਾਲ ਗੁਰੂ ਮਿਲ ਪੈਂਦਾ ਹੈ, ਵੱਡੀ ਕਿਸਮਤ ਦੇ ਨਾਲ ਗੁਰੂ ਹਿਰਦੇ ਚ ਟਿਕ ਪੈਂਦਾ ਹੈ। ਜਦੋਂ ਗੁਰੂ ਮਿਲੇਗਾ ਤੇ ਫਿਰ ਕੀ ਹੋ ਗਿਆ, ਸਵਾਲ ਤੇ ਸਾਡੇ ਵੀ ਹੁੰਦੀ ਨਾ, ਗੁਰੂ ਮਿਲ ਗਿਆ ਤੇ ਫਿਰ ਕੀ ਹੋ ਜਾਊਗਾ, ਅੰਮ੍ਰਿਤ ਛਕਣਾ, ਅੰਮ੍ਰਿਤ ਛਕ ਕੇ ਗੁਰੂ ਮਿਲਣਾ, ਉਦਾਂ ਨੀ ਮਿਲਣਾ। ਦੇਖੋ ਜੀ, ਕਿਸੇ ਸਕੂਲ ਦੇ ਵਿੱਚ ਬੱਚਾ ਜਾਂਦਾ ਹੈ ਤੇ ਉਸ ਬੱਚੇ ਦੀ ਯੂਨੀਫਾਰਮ ਉਸ ਸਕੂਲ ਦੀ ਨਿਸ਼ਾਨੀ ਹੁੰਦੀ, ਉਸ ਬੱਚੇ ਦੀ ਵਰਦੀ ਜਿਹੜੀ ਹੈ ਨਾ ਸਕੂਲ ਦੀ ਨਿਸ਼ਾਨੀ ਹੁੰਦੀ ਹੈ। ਇਹ ਇਸ ਘਰ ਦੀ ਘਰ ਦੇ ਅੰਦਰ ਐਡਮਿਸ਼ਨ ਦਾਖਲਾ ਲੈਣ ਦੀ ਇਹ ਪ੍ਰਕਿਰਿਆ ਹੈ ਕਿ ਗੁਰੂ ਵਾਲਾ ਬਣਨਾ, ਗੁਰੂ ਦੇ ਦੱਸੇ ਅਨੁਸਾਰ ਚੱਲਣਾ, ਤਦ ਹੀ ਗੁਰੂ ਦੀ ਵਿਦਿਆ ਨੂੰ ਗ੍ਰਹਿਣ ਕਰੇਗਾ ਨਾ, ਜੇ ਗੁਰੂ ਦੇ ਦੱਸੇ ਮਾਰਗ ਤੇ ਚੱਲੇਗਾ, ਜੇ ਗੁਰੂ ਨੂੰ ਧਾਰਨ ਕਰੇਗਾ। ਸਤਿਗੁਰੂ ਜੀ ਕਿਰਪਾ ਕਰਕੇ ਵੱਡੇ ਭਾਗ ਭੇਟੇ ਗੁਰਦੇਵਾ, ਇਹ ਭਾਈ ਵੱਡੀ ਕਿਸਮਤ ਦੇ ਨਾਲ ਹੀ ਗੁਰੂ ਮਿਲਦਾ ਹੈ। ਗੁਰੂ ਮਿਲ ਪੈਂਦਾ ਹੈ, ਵੱਡੀ ਕਿਸਮਤ ਦੇ ਨਾਲ ਗੁਰੂ ਮਿਲ ਪੈਂਦਾ ਹੈ, ਤੇ ਜਦੋਂ ਮਿਲਦਾ ਫਿਰ ਕੀ ਹੁੰਦਾ, ਕੋਟ ਪ੍ਰਾਪ ਮਿਟੇ ਹਰ ਸੇਵਾ, ਕੋਟ ਦਰ ਕੇ ਕਰੋੜਾਂ, ਪ੍ਰਾਪ ਦਰ ਕੇ ਪਾਪ ਮਿਟੇ ਦਰ ਕੇ ਮੁੱਕ ਜਾਂਦੇ ਨੇ। ਹਰ ਸੇਵਾ, ਹਰ ਹਰੀ ਪਰਮਾਤਮਾ ਸੇਵਾ, ਸੇਵਾ ਕਰਨ ਦੇ ਨਾਲ ਕਰੋੜਾਂ ਪਾਪ ਜਿਹੜੇ ਨੇ ਪ੍ਰਾਪ ਦੇ ਬੰਦੇ ਦੇ ਖਤਮ ਹੋ ਜਾਂਦੇ। ਕੋਟ ਪ੍ਰਾਪ ਹੰਭਾਰੇ ਖੰਡੋ, ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋੜੀ, ਤੁਮ ਆਪਣੇ ਬਿਰਤ ਰਖਾਵੋ। ਕੋਟ ਪ੍ਰਾਪ ਹਮਾਰੇ ਖੰਡੋ, ਕਦੋਂ ਖੰਡੇਗਾ, ਕਦੋਂ ਨਾਸ਼ ਕਰੇਗਾ। ਕਰੋੜਾਂ ਪਾਪ ਉਦੋਂ ਨਾਸ਼ ਹੋਣੇ ਨੇ ਜਦੋਂ ਵੱਡੇ ਭਾਗ ਭੇਟੇ ਗੁਰਦੇਵਾ, ਜਦੋਂ ਵੱਡੀ ਕਿਸਮਤ ਦੇ ਨਾਲ ਗੁਰੂ ਨਾਲ ਮਿਲਾਪ ਹੋ ਜਾਵੇਗਾ, ਗੁਰੂ ਮਿਲ ਪੈਂਦਾ ਹੈ ਜਦੋਂ, ਉਦੋਂ ਸਤਿਗੁਰੂ ਜੀ ਕਹਿੰਦੇ ਉਹ ਗੁਰੂ ਫਿਰ ਐਸੀ ਕਿਰਪਾ ਕਰਦਾ, ਕੋਟ ਪ੍ਰਾਪ ਹਮਾਰੇ ਖੰਡੋ, ਅਨਕ ਵਿਧੀ ਸਮਝਾਓ। ਅਨਕ ਵਿਧੀ ਦਾ ਕਿ ਅਣਗਿਣਤ ਤਰੀਕਿਆਂ ਦੇ ਨਾਲ ਆਪਣੇ ਪਿਆਰੇ ਨੂੰ ਉਹਦੀ ਮਤ ਦੇ ਵਿੱਚ ਚੰਗਿਆਈ ਪੈਦਾ ਕਰ ਦਿੰਦਾ ਹੈ, ਉਹਦੀ ਸੁਰਤ ਨੂੰ ਜਗਾ ਦਿੰਦਾ ਹੈ, ਜਿਹੜੀ ਸੁਰਤ ਸੁੱਤੀ ਪਈ ਸੀ, ਜਿਹੜੀ ਸੁਰਤ ਸੁੱਤੀ ਪਈ ਸੀ ਉਹ ਸੁਰਤ ਨੂੰ ਗੁਰੂ ਜਗਾ ਦਿੰਦਾ ਹੈ। ਫਿਰ ਕਰੋੜਾਂ ਪਾਪ, ਕਰੋੜਾਂ ਅਪਰਾਧ ਕੀਤੇ ਜਿਹੜੇ ਨੇ, ਮਾਲਕ ਉਹਨੂੰ ਨਾਸ਼ ਕਰ ਦਿੰਦੇ। ਕੋਟ ਪ੍ਰਾਪ ਹਮਾਰੇ ਖੰਡੋ, ਅਣਕ ਵਿਧੀ ਸਮਝਾਓ, ਅਣਗਿਣਤ ਤਰੀਕਿਆਂ ਨਾਲ ਸਮਝਾਉਂਦਾ। ਫਿਰ ਕੁਰਾਹ ਹੀ ਨਹੀਂ ਪੈਣ ਦਿੰਦਾ। ਦੇਖੋ ਨਾ, ਘਰ ਦੇ ਅੰਦਰ ਕੋਈ ਬੱਚਾ ਗਲਤੀ ਕਰਦਾ, ਚਾਹੇ ਧੀ ਹੈ ਚਾਹੇ ਪੁੱਤ ਹੈ, ਮਾਂ ਪਿਓ ਸਿੱਧਾ ਥੋੜ੍ਹਾ ਉਹਨੂੰ ਕੁਛ ਕਹਿੰਦਾ, ਉਹਨੂੰ ਕੁੱਟਦਾ ਮਾਰਦਾ ਵੀ, ਜੇ ਬੱਚਾ ਛੋਟਾ ਤੇ ਮਾੜਾ ਮੋਟਾ ਦਬਕਾ ਵੀ ਮਾਰਦਾ, ਸਿੱਧਾ ਨੀ ਕੁੱਟਦਾ ਮਾਂ ਪਿਓ। ਜਦੋਂ ਬੱਚਾ ਜਵਾਨ ਹੋ ਜਾਂਦਾ, ਜੇ ਗਲਤੀ ਕਰਦਾ ਨਾ, ਮਾਂ ਪਿਓ ਆਪਣੇ ਬੱਚੇ ਨੂੰ ਕਿਸੇ ਢੰਗ ਤਰੀਕੇ ਦੇ ਨਾਲ ਸਮਝਾਉਂਦਾ, ਕਿਸੇ ਢੰਗ ਤਰੀਕੇ ਨਾਲ ਸਮਝਾਉਂਦਾ ਕਿ ਆਹ ਗਲਤੀਆਂ ਕਰਨ ਦਾ ਖਮਿਆਜਾ ਬੜਾ ਬੁਰਾ ਭੁਗਤਣਾ ਪੈਂਦਾ। ਪਿਓ ਬੱਚੇ ਨੂੰ, ਪੁੱਤ ਨੂੰ ਇਹ ਗੱਲ ਸਮਝਾਉਂਦਾ, ਸਿੱਧਾ ਨੀ ਕਹਿੰਦਾ। ਕਈ ਗੱਲਾਂ ਏਦਾਂ ਹੁੰਦੀਆਂ ਬੱਚੇ ਨੂੰ ਸਿੱਧੀਆਂ ਨਹੀਂ ਕਹੀਆਂ ਜਾ ਸਕਦੀਆਂ, ਉਹਨੂੰ ਕਿਸੇ ਢੰਗ ਤਰੀਕੇ ਨਾਲ ਵਾਲ ਬਲੇਵਾ ਪਾ ਕੇ ਸਮਝਾਇਆ ਜਾਂਦਾ ਕਿ ਇਹਦੇ ਖੰਡ ਚ ਗੱਲ ਪੈ ਜਾਵੇ, ਇਹਦੇ ਸੁਰਤ ਦੇ ਵਿੱਚ ਇਹ ਗੱਲ ਟਿਕ ਜਾਵੇ। ਕਈ ਵਾਰ ਸਤਿਗੁਰੂ ਦੀ ਕਿਰਪਾ, ਕੋਟ ਪ੍ਰਾਪ ਹਮਾਰੇ ਖੰਡੋ, ਅਣਕ ਵਿਧੀ ਸਮਝਾਓ, ਅਣਗਿਣਤ ਤਰੀਕੇ ਦੇ ਨਾਲ ਗੁਰੂ ਸਮਝਾਉਂਦਾ ਜਦੋਂ ਸਾਡੇ ਪਾਪ ਨਾਸ਼ ਕਰਦਾ। ਜੈਸਾ ਬਾਲਕ ਭਾਈ ਸੁਭਾਈ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਤੀ ਬਹੁ ਪਿਤਾ ਕਰ ਲਾਵੇ। ਜੈਸਾ ਬਾਲਕ ਭਾਈ, ਭਾਈ ਪਿਆਰ ਪ੍ਰੇਮ, ਜੈਸਾ ਬਾਲਕ ਭਾਏ ਸੁਭਾਈ, ਸੁਭਾਈ ਦਾ ਉਸ ਦਾ ਸੁਭਾਅ, ਬੱਚੇ ਦਾ, ਬੱਚਾ ਛੋਟਾ ਉਹਦਾ ਆਪਣਾ ਸੁਭਾਅ ਹੈ, ਉਹ ਆਪਣੀ ਮੌਜ ਦੇ ਵਿੱਚ ਖੇਡਦਾ ਤੇ ਮਾਂ ਪਿਓ ਪਿਆਰ ਵੀ ਬੜਾ ਕਰਦਾ। ਤੇ ਕਈ ਵਾਰ ਬੱਚਾ ਘਰ ਦੇ ਅੰਦਰ ਕੋਈ ਖਿਲਾਰਾ ਪਾ ਦਿੰਦਾ, ਕੋਈ ਗਲਤੀ ਕਰ ਦਿੰਦਾ, ਕੋਈ ਕਿਸੇ ਚੀਜ਼ ਨੂੰ ਡੋਲ ਦਿੰਦਾ, ਖੇਡਦਾ ਖੇਡਦਾ ਘਰ ਦੇ ਅੰਦਰ ਕੋਈ ਨੁਕਸਾਨ ਕਰ ਦਿੰਦਾ। ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ, ਅਪਰਾਧ ਕਰਕੇ ਕਈ ਗਲਤੀਆਂ ਕਰਦਾ ਕਰਦਾ ਨਾ, ਬੱਚਾ ਛੋਟਾ ਹੁੰਦਾ ਬੜੀਆਂ ਗਲਤੀਆਂ ਕਰਦਾ ਕਰਦੇ, ਪਰ ਮਾਂ ਪਿਓ ਨੂੰ ਡਾਂਟਦਾ ਝਿੜਕਦਾ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬਹੁ ਭਾਂਤੀ ਬਹੁਤ ਤਰੀਕਿਆਂ ਦੇ ਨਾਲ ਝਿੜਕਦਾ ਬੱਚੇ ਨੂੰ। ਕਈ ਵਾਰ ਬੱਚੇ ਦੇ ਚਪੇੜ ਵੀ ਮਾਰ ਦਿੰਦਾ, ਕਿਉਂਕਿ ਕਹਿੰਦੇ ਨਾ ਬੱਚੇ ਨੂੰ ਤੇ ਰੰਬੇ ਨੂੰ ਜਿੰਨਾ ਚੰਡ ਲਓਗੇ ਉਨੇ ਸੁਖੀ ਰਹੋਗੇ।
ਰੱਬੇ ਨੂੰ ਚੜਦਾ ਰਹੋ, ਚੜਦੇ ਰਹੋਗੇ ਤੂੰ ਕਾਮ ਆ ਜਾਵੇ। ਇੱਕ ਉਹ ਉਮਰ ਕੱਚੀ ਪੈਨਸਲ ਦੇ ਕੱਚੀ ਪੈਨਸਲ ਹੈ, ਉਹ ਜਿਵੇਂ ਜਿਵੇਂ ਉਸਨੂੰ ਆਪਾਂ ਲਿਖਾਂਗੇ ਉਵੇਂ ਉਵੇਂ ਉੱਕਰੀ ਜਾਣੀ, ਕਿਉਂਕਿ ਇਹ ਜਿਹੜਾ ਬਚਪਨ ਹੈ ਨਾ, ਬਚਪਨ ਦੇ ਵਿੱਚ ਜਿਹੜੀਆਂ ਗਲਤੀਆਂ ਪੱਕ ਗਈ ਉਹ ਸਾਰੀ ਉਮਰ ਸੁਧਰਨੀਆਂ ਨਹੀਂ। ਕਈ ਵਾਰ ਕੀ ਕਰਦੇ ਹਾਂ ਆਪਾਂ, ਪਰਿਵਾਰ ਦੇ ਵਿੱਚ ਰਹਿੰਦੇ ਹੋਏ ਨਾ, ਅਸੀਂ ਆਪਣੇ ਬੱਚਿਆਂ ਦੇ ਅੰਦਰ ਜ਼ਹਿਰ ਬੀਜਦੇ ਹਾਂ। ਜ਼ਹਿਰ ਕਿਵੇਂ ਬੀਜਦੇ ਹਾਂ? ਆਪਣੇ ਪਰਿਵਾਰ ਦੇ ਪ੍ਰਤੀ, ਆਪਣੇ ਭੈਣ ਭਰਾਵਾਂ ਦੇ ਪ੍ਰਤੀ, ਆਪਣੇ ਚਾਚੇ ਤਾਇਆਂ ਦੇ ਪ੍ਰਤੀ ਅਸੀਂ ਬੱਚਿਆਂ ਦੇ ਅੰਦਰ ਜ਼ਹਿਰ ਬੀਜਦੇ ਹਾਂ। ਦਾਦੀ ਦਾਦੇ ਪ੍ਰਤੀ ਕਿ ਇਹਨਾਂ ਕੋਲ ਨਾ ਵਿਆਹ ਕਰ, ਇਹ ਜਾਦੂ ਟੂਣਾ ਕਰਦੇ ਨੇ, ਇਹਨਾਂ ਨੂੰ ਕੋਈ ਚੀਜ਼ ਲੈ ਕੇ ਨਾ ਕਰੀ, ਇਹ ਬੜੇ ਮਾੜੇ ਨੇ, ਇਹ ਤੈਨੂੰ ਮਾਰ ਦੇਣਗੇ, ਤੇਰਾ ਨੁਕਸਾਨ ਕਰਨਗੇ। ਛੋਟੇ ਛੋਟੀ ਬੱਚੇ ਛੋਟੀ ਉਮਰ ਦੇ ਵਿੱਚ ਬੱਚੇ ਦੇ ਦਿਮਾਗ 'ਚ ਇੱਦਾਂ ਦਾ ਜ਼ਹਿਰ ਭਰ ਦੇਵੋਗੇ ਨਾ, ਉਹ ਸਾਰੀ ਉਮਰ ਜ਼ਹਿਰ ਨਿਕਲਣਾ ਨਹੀਂ, ਉਹ ਸਾਰੀ ਉਮਰ ਆਪਣੇ ਚਾਚੇ ਤਾਇਆਂ ਨਾਲ, ਆਪਣੇ ਭੈਣ ਭਰਾਵਾਂ ਨਾਲ, ਆਪਣੇ ਰਿਸ਼ਤੇਦਾਰਾਂ ਦੇ ਨਾਲ ਨਫ਼ਰਤ ਹੀ ਕਰਨੀ, ਕਿਉਂਕਿ ਛੋਟੇ ਹੁੰਦੇ ਜ਼ਹਿਰ ਬੀਜਤਾ ਨਾ। ਜਿੱਦਾਂ ਦਾ ਇਹ ਪੌਦਾ ਬੀਜ ਦਿੱਤਾ ਨਾ, ਜੇਕਰ ਉਸ ਪੌਦੇ ਦੀ ਸਾਂਭ ਸੰਭਾਲ ਤੇ ਠੀਕ ਤਰੀਕੇ ਨਾਲ ਕੀਤੀ, ਫਿਰ ਤੇ ਫਲ ਵਧੀਆ ਮਿਲੇਗਾ। ਤੇ ਜੇ ਉਸ ਪੌਦੇ ਦੀ ਸਾਂਭ ਸੰਭਾਲ ਸਹੀ ਢੰਗ ਤਰੀਕੇ ਨਾਲ ਨਹੀਂ ਕੀਤੀ, ਫਿਰ ਉਹਦਾ ਫਲ ਫੁੱਲ ਕੋਈ ਨਹੀਂ ਮਿਲਣਾ। ਭਾਵ ਕਹਿੰਦਾ ਕਿ ਬੱਚੇ ਨੂੰ ਚੰਗੀ ਸਿੱਖਿਆ, ਚੰਗੇ ਗੁਣ, ਚੰਗੀਆਂ ਵਿਚਾਰਾਂ ਦਿੱਤੀਆਂ ਜਾਣ, ਚੰਗੇ ਸੰਸਕਾਰ ਦਿੱਤੇ ਜਾਣ, ਪਰਿਵਾਰ ਦੇ ਵਿੱਚ ਬਿਠਾ ਕੇ ਉਹਨੂੰ ਪਰਿਵਾਰਾਂ ਪ੍ਰਤੀ ਉਹਨੂੰ ਜਾਣੂ ਕਰਵਾਇਆ ਜਾਵੇ ਕਿ ਆਹ ਤੇਰੇ ਆਪਣੇ ਨੇ, ਇਹਨਾਂ ਦੇ ਨਾਲ ਨਫ਼ਰਤ ਨਾ ਕਰੇ। ਬੱਚੇ ਨੂੰ ਜਿੱਦਾਂ ਦੇ ਤੁਸੀਂ ਸੰਸਕਾਰ ਦੇ ਦੇਵੋਗੇ, ਉਹ ਬੱਚੇ ਦੇ ਅੰਦਰ ਉਹ ਵਧਣੇ ਨੇ, ਫੁੱਲਣੇ ਨੇ। ਤੇ ਕਈ ਵਾਰ ਜੇ ਚੰਗੇ ਸੰਸਕਾਰ ਦਿੱਤੇ ਹੋਣਗੇ ਤੇ ਉਹਨਾਂ ਦਾ ਫਲ ਚੰਗਾ ਹੋ ਜਾਵੇਗਾ, ਜੇ ਭੈੜੇ ਸੰਸਕਾਰ ਦਿੱਤੇ ਹੋਣਗੇ ਤੇ ਉਹ ਤੇ ਫਿਰ ਏਦਾਂ ਦੀ ਗੱਲ ਹੋ ਜਾਣੀ ਹੈ, ਫਲ ਫਿੱਕੇ ਫੁੱਲ ਪੱਕ ਪੱਕੇ ਕੰਮ ਨਾ ਹੋਵੇ, ਪਰ ਤੂੰ ਤਾਂ ਸਿੰਬਲ ਰੁੱਖ ਵਾਂਗ ਹੋ ਜਾਣਾ ਕੰਮ। ਸਿੰਬਲ ਰੁੱਖ ਦੇ ਨਾ ਫਲ ਕਿਸੇ ਕੰਮ ਆਉਂਦੇ, ਨਾ ਫੁੱਲ ਕਿਸੇ ਕੰਮ ਆਉਂਦੇ, ਨਾ ਪੱਤੇ ਆਉਂਦੇ, ਫਿਰ ਉਹ ਜਵਾਨੀ ਉਹ ਉਮਰ ਕਿਸੇ ਕੰਮ ਨਹੀਂ ਆਉਣੀ, ਕਿਉਂਕਿ ਉਹਨੇ ਸਾਰੀ ਉਮਰ ਜ਼ਹਿਰ ਹੀ ਉਗਲਣਾ, ਜ਼ਹਿਰ ਹੀ ਉਗਲਣਾ। ਸਤਿਗੁਰੂ ਜੀ ਕਿਰਪਾ ਕੋਟ ਪਰਾਗ ਮਿਟੇ ਨਰ ਸੇਵਾ। ਸਤਿਗੁਰੂ ਜੀ ਦੀ ਬਾਣੀ ਦੇ ਅੰਦਰ ਸਤਿਗੁਰੂ ਜੀ ਕਹਿ ਰਹੇ ਨੇ ਕਿ ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ ਬਹੁਤ ਪਿਤਾ ਗੱਲਾਂ। ਪਿਓ ਚਪੇੜ ਵੀ ਮਾਰਦਾ ਪੁੱਤ ਦੇ, ਡਾਂਟਦਾ ਦਬਕਾ ਵੀ ਮਾਰਦਾ, ਬੱਚਾ ਰੋਂਦਾ ਹੋਵੇ ਫਿਰ ਉਹਨੂੰ ਗਲ ਨਾਲ ਵੀ ਲਾ ਲੈਂਦਾ, ਉਹਨੂੰ ਛਾਤੀ ਨਾਲ ਵੀ ਲਾ ਲੈਂਦਾ। ਕਿਉਂ ਲਾਉਂਦਾ? ਪਿਆਰ ਹੈ ਨਾ, ਤੇ ਗੁਰੂ ਨੂੰ ਵੀ ਸਾਡੇ ਨਾਲ ਪਿਆਰ ਹੈ। ਜੇਕਰ ਗਲਤੀ ਕਰਦੇ ਗੁਰੂ ਫਿਰ ਏਦਾਂ ਦੀ ਏਦਾਂ ਸਾਡੇ ਦਿਮਾਗ ਦੇ ਵਿੱਚ ਕਈ ਵਾਰ ਏਦਾਂ ਦਾ ਸਾਡੇ ਅੰਦਰ ਡਰ ਖੌਫ ਪੈਦਾ ਕਰ ਦਿੰਦਾ, ਫਿਰ ਅਸੀਂ ਗੁਰੂ ਅੱਗੇ ਝੁੱਕ ਜਾਂਦੇ। ਗੁਰੂ ਫਿਰ ਕਿਰਪਾ ਕਰਦਾ, ਸਾਨੂੰ ਮਾੜੇ ਰਸਤੇ ਤੋਂ ਮੋੜ ਲਿਆਉਂਦਾ, ਬਚਾ ਲੈਂਦਾ। ਗੁਰੂ ਸਾਡਾ ਦੁਸ਼ਮਣ ਥੋੜ੍ਹਾ, ਮਾਤਰੂ ਸਾਡਾ ਦੁਸ਼ਮਣ ਥੋੜ੍ਹਾ, ਜੇ ਸਾਨੂੰ ਕੁੱਟਦਾ ਮਾੜਦਾ, ਇਹਦੇ 'ਚ ਸਾਡੀ ਭਲਾਈ ਹੈ, ਇਹਦੇ ਸਾਡਾ ਫਾਇਦਾ। ਸਤਿਗੁਰੂ ਜੀ ਕਹਿੰਦੇ ਕਰ ਉਪਦੇਸ਼ ਝਿੜਕੇ ਬਹੁ ਭਾਂਤੀ ਬਹੁ ਪਿਤਾ ਕਰਦਾ। ਫਿਰ ਪਿਤਾ ਜਿਹੜਾ ਨਾ ਬੱਚੇ ਨੂੰ ਝਿੜਕ ਕੇ ਜਦੋਂ ਉਹਨੇ ਨੁਕਸਾਨ ਕੀਤਾ, ਫਿਰ ਬੱਚੇ ਨੂੰ ਗਲ ਦੇ ਨਾਲ ਲਾ ਲੈਂਦਾ, ਛਾਤੀ ਨਾਲ ਲਾ ਲੈਂਦਾ। ਕਿਉਂ ਲਾਉਂਦਾ? ਕਿ ਉਹਦਾ ਦਿਲ ਦਾ ਟੁਕੜਾ ਨਾ, ਉਹਨੇ ਦਿਲੋਂ ਥੋੜ੍ਹਾ ਉਹਨੂੰ ਡਾਂਟਿਆ ਸੀ, ਦਿਲੋਂ ਥੋੜ੍ਹਾ ਉਹਨੂੰ ਮਾੜਾ ਬੋਲਿਆ, ਦਿਲੋਂ ਥੋੜ੍ਹਾ ਚਪੇੜ ਮਾਰੀ ਸੀ, ਉਹਦੀਆਂ ਆਦਤਾਂ ਸੁਧਾਰਨ ਵਾਸਤੇ ਮਾਰੀ। ਜਦੋਂ ਸਾਡੇ ਜੀਵਨ 'ਚ ਕਈ ਵਾਰ ਠੋਕਰ ਲੱਗਦੀ ਨਾ, ਗੁਰੂ ਸਾਨੂੰ ਠੋਕਰਾਂ ਇਸ ਕਰਕੇ ਨਹੀਂ ਲਾਉਂਦਾ ਕਿ ਤੂੰ ਦੁਖੀ ਹੋ, ਉਹ ਠੋਕਰ ਇਸੇ ਕਰਕੇ ਲਾਉਂਦਾ ਕਿ ਤੂੰ ਵਾਪਸ ਆ ਜਾ, ਨਾ ਗਲਤੀਆਂ ਕਰ, ਜੀਵਨ ਨੂੰ ਸੁਧਾਰ ਲੈ, ਜੀਵਨ 'ਚ ਵੀ ਚੰਗਾ ਕੰਮ ਕਰ ਲੈ। ਇਹ ਜਿਹੜੀ ਠੋਕਰ ਇੱਕ ਵਾਰੀ ਲੱਗ ਗਈ ਤਾਂ ਫਿਰ ਬਹੁਤ ਔਖਾ ਹੋਵੇਗਾ, ਪਛਤਾਵੇਗਾ। ਕਈ ਵਾਰ ਕਹਿੰਦੇ ਨਾ ਮੱਛੀ ਪੱਥਰ ਚੱਟ ਕੇ ਵਾਪਸ ਆਉਂਦੀ, ਚੱਟ ਕੇ ਨਹੀਂ ਆਉਂਦੀ, ਅੱਗੇ ਨਾਸਾਂ ਭੱਜੀਆਂ ਤੇ ਵਾਪਸ ਆ ਗਈ, ਅੱਗੇ ਦਿਖਿਆ ਪਿਆ ਕਿ ਪੱਥਰ ਨਾ ਵੱਜਾ, ਪੁੱਠਾ ਜਾ ਕੇ ਪਿੱਛੇ ਆ ਗਈ। ਇਸੇ ਤਰ੍ਹਾਂ ਕਈ ਵਾਰ ਸਾਡੇ ਜੀਵਨ ਦੇ ਅੰਦਰ ਐਸਾ ਹੁੰਦਾ ਵੈ ਕਿ ਬੰਦੇ ਨੂੰ ਕਈ ਵਾਰ ਠੋਕਰ ਏਦਾਂ ਦੀ ਵੱਜਦੀ ਹੈ ਕਿ ਬੰਦਾ ਫਿਰ ਵਾਪਸ ਆ ਜਾਂਦਾ, ਫਿਰ ਉੱਧਰ ਨੂੰ ਮੂੰਹ ਨਹੀਂ ਕਰਦਾ। ਸਤਿਗੁਰੂ ਜੀ ਕਹਿੰਦੇ ਉਹ ਮਾਲਕ ਏਦਾਂ ਦਾ, ਕੋਟ ਪਰਾਧ ਮਿਟੇ ਹਰ ਸੇਵਾ, ਕਰੋੜਾਂ ਪਾਪ ਕਟੋਰਾ ਔਗਣ, ਕੜਾਉ ਕਰੋੜਾਂ ਮਾੜੀਆਂ ਆਦਤਾਂ ਜਿਹੜੀਆਂ ਨਾ, ਜਦੋਂ ਗੁਰੂ ਦੀ ਸੇਵਾ, ਜਦੋਂ ਗੁਰੂ ਮਿਲ ਪੈਂਦਾ ਉਦੋਂ ਇਹ ਖਤਮ ਹੋ ਜਾਂਦੀਆਂ ਨੇ। ਕਰ ਉਪਦੇਸ਼ ਝਿੜਕੇ ਬਹੁ ਭਾਂਤੀ ਬਹੁ ਪਿਤਾ ਗਲ ਲਾਵੈ, ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾ। ਉਹ ਪਿਛਲੇ ਫਿਰ ਗੁਨਾਹ ਜਿਹੜੇ ਨਾ ਉਹ ਬਖਸ਼ ਦਿੰਦਾ, ਜੋ ਪਾਪ ਕੀਤੇ ਨੇ ਪਿਛਲੇ 30 ਸਾਲ 40 ਸਾਲ ਦੀ ਉਮਰ ਦੇ ਵਿੱਚ, ਗੁਰੂ ਫਿਰ ਕਿਰਪਾ ਕਰਦਾ ਹੈ
ਉਹਨਾਂ ਨੂੰ ਮਾਫ ਕਰ ਦਿੰਦਾ, ਫਿਰ ਅੱਗੇ ਜੀਵਨ ਦਾ ਰਸਤਾ ਦਰਸਾ ਦਿੰਦਾ। ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੇ ਮਾਰਗ ਪਾਵੇ, ਅੱਗੇ ਜੀਵਨ ਰਸਤਾ ਜਿਹੜਾ ਸਾਫ਼ ਸੁਥਰਾ ਕਰ ਦਿੰਦਾ, ਕਿਉਂਕਿ ਉਹਦਾ ਸੁਭਾਅ ਹੈ। ਔਗਣ ਕੋ ਨਾ ਚਿਤਾਰਦਾ ਗੱਲ ਛੇਤੀ ਲਾਇ, ਕੋ ਔਗਣ ਨੂੰ ਚਿਤਾਰਦਾ ਨਹੀਂ, ਕੋ ਗੱਲ ਦੇ ਨਾਲ ਗੱਲ ਪਕੜੀ ਦੇ ਵਿੱਚ ਲੈ ਲੈਂਦਾ। ਬੰਦਾ ਬੰਦੇ ਦੇ ਔਗਣ ਚਿਤਾਰਦਾ, ਫਲਾਣੇ ਟਾਈਮ ਇਹਨੇ ਆਹ ਗਲਤੀ ਕੀਤੀ। ਪਰ ਗੁਰੂ ਜਿਹੜਾ ਨਾ, ਜਦੋਂ ਅਸੀਂ ਗੁਰੂ ਦੇ ਅੱਗੇ ਆਪਣਾ ਆਪ ਸਮਰਪਿਤ ਕਰ ਦੇਵੇਂਗੇ ਨਾ, ਕਬੀਰ ਮੇਰਾ ਮੁਝਮੇ ਕਿਸ਼ਨੇ ਜੋ ਕਿਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪ ਦੇ ਕਿਆ ਲਾਗੇ ਮੇਰਾ। ਜਦੋਂ ਗੁਰੂ ਅੱਗੇ ਏਦਾਂ ਦੀ ਅਰਦਾਸ, ਏਦਾਂ ਦੀ ਅਰਜੋਈ ਕਰੇਗਾ ਤੇ ਗੁਰੂ ਸਾਰੇ ਗੁਨਾਹ ਮਾਫ਼ ਕਰ ਦਿੰਦਾ। ਗੁਰੂ ਔਗਣਾਂ ਨੂੰ ਚਿਤਾਰਦਾ ਨਹੀਂ, ਤੂੰ ਆਹ ਕੀਤਾ। ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਤ ਮਿਟੇ ਹਰ ਸੇਵਾ। ਗੁਰੂ ਦੀ ਪਰਮਾਤਮਾ ਦੀ ਸੇਵਾ ਕਰਕੇ ਕਰੋੜਾਂ ਹੀ ਗੁਨਾਹ, ਕਰੋੜਾਂ ਹੀ ਪਾਪ ਕੀਤੇ ਜਿਹੜੇ ਨੇ ਉਹ ਮਾਫ਼ ਹੋ ਜਾਂਦੇ ਨੇ। ਚਰਨ ਕਮਲ ਜਾ ਕੇ ਮਨ ਰਾਪੈ। ਇਹ ਭਾਈ ਜਿਸਦਾ ਜਿਹੜਾ ਜਿਸਦਾ ਜਿਸ ਮਨੁੱਖ ਦਾ ਪਰਮਾਤਮਾ ਦੇ ਚਰਨ ਕਮਲਾਂ ਦੇ ਵਿੱਚ, ਨਾਮ ਦੇ ਵਿੱਚ ਮਨ ਰੰਗਿਆ ਜਾਂਦਾ, ਰਾਪੇ ਦਾ ਰੱਖਿਆ ਲੱਗਿਆ ਜਾਂਦਾ। ਚਰਨ ਕਮਲ ਜਾ ਕਾ ਜਿਸ ਦਾ ਪਰਮਾਤਮਾ ਦੇ ਕਮਲ ਵਰਗੇ ਚਰਨਾਂ ਦੇ ਵਿੱਚ, ਭਾਵ ਨਾਮ ਦੇ ਵਿੱਚ ਮਨ ਰੰਗਿਆ ਜਾਂਦਾ। ਚਰਨ ਕਮਲ ਜਾ ਕਾ ਮਨ ਰਾਪੈ, ਸੋਗ ਅਗਨ ਤਿਸ ਜਨ ਨਾ ਵਿਆਪੇ। ਸੋਗ ਦਾ ਅਰਥ ਚਿੰਤਾ, ਅਗਨ ਦਾ ਅਰਥ ਕਿ ਅੱਗ। ਚਿੰਤਾ ਦੀ ਅੱਗ ਉਸ ਨੂੰ ਸਾੜਦੀ ਨਹੀਂ ਜਿਹਦਾ ਦਾ ਜਿਹਦਾ ਮਨ ਪਰਮਾਤਮਾ ਦੇ ਕਮਲ ਵਰਗੇ ਚਰਨਾਂ ਦੇ ਵਿੱਚ ਰੰਗਿਆ ਜਾਂਦਾ। ਲਾਲ ਰੰਗ ਤਿਸ ਕੋ ਲਗਾ ਜਿਸ ਕੇਵਟ ਭਾਗਾ, ਮੈਦਾ ਕਦੇ ਨਾ ਹੋਵੇ ਨਾ ਲਾਗੇ ਦਾਗ। ਫਿਰ ਮੈਲ ਨਹੀਂ ਨਾ ਚਿੰਤਾ ਦੀ ਨਾ ਕਿਸੇ ਵਿਸ਼ੇ ਵਿਕਾਰ, ਜਦੋਂ ਪਰਮਾਤਮਾ ਦੇ ਨਾਮ ਦਾ ਪ੍ਰੇਮ ਰੰਗ ਲੱਗ ਜਾਂਦਾ ਹੈ। ਚਰਨ ਕਮਲ ਜਾ ਕਾ ਮਨ ਰਾਪੈ, ਸੋਗ ਅਗਨ ਤਿਸ ਜਨ ਨਾ ਵਿਆਪੈ। ਸਤਿਗੁਰੂ ਜੀ ਕਹਿੰਦੇ ਚਿੰਤਾ ਦੀ ਅੱਗ ਫਿਰ ਉਹਨੂੰ ਸਾੜਦੀ ਨਹੀਂ ਜਦੋਂ ਗੁਰੂ ਦੇ ਪ੍ਰੇਮ ਦੇ ਵਿੱਚ ਰੰਗਿਆ ਜਾਂਦਾ। ਗੁਰੂ ਦੇ ਪ੍ਰੇਮ ਦੇ ਵਿੱਚ ਇੰਨੀ ਠੰਡਕ ਹੈ, ਫਿਰ ਚਿੰਤਾ ਦੀ ਅੱਗ ਉਹਨੂੰ ਸਾੜਦੀ ਨਹੀਂ। ਸਾਗਰ ਤਰਿਆ ਸਾਧੂ ਸੰਗੇ, ਸੰਸਾਰ ਰੂਪੀ ਸਾਗਰ ਨੂੰ ਸਤਿਗੁਰ ਸਾਧੂ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਇਸ ਸੰਸਾਰ ਰੂਪੀ ਸਾਗਰ ਨੂੰ ਤਰਿਆ ਗਿਆ। ਜਦੋਂ ਗੁਰੂ ਦੀ ਸਤਸੰਗਤ ਦੇ ਵਿੱਚ ਬੈਠਾ ਸਤਿਗੁਰੂ ਜੀ, ਇਸੇ ਕਰਕੇ ਕਹਿੰਦੇ ਨੇ ਸਰਮ ਜਾਮ ਲਾਗ ਭਵ ਜਲ ਤਰਨ ਕੇ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੇ। ਹੋਰ ਹੋਰ ਤੇ ਬੜੇ ਇੰਤਜ਼ਾਮ ਕਰਦੇ, ਬੜੀਆਂ ਤਿਆਰੀਆਂ ਕਰਦੇ। ਸਤਿਗੁਰੂ ਜੀ ਕਹਿੰਦੇ ਆਹ ਜਿਹੜਾ ਜੀਵਨ ਹੈ ਵਿਅਰਥ ਚਲਿਆ ਜਾਂਦਾ, ਸਰਮ ਜਾਮ ਇਹਦਾ ਮਤਲਬ ਕਿ ਇੰਤਜ਼ਾਮ ਕਰ, ਇਕੱਠਾ ਕਰ। ਸਰਮ ਜਾਮ ਲਾਗ ਕਾਹਦੇ ਲਈ, ਕਿਹਦਾ ਇੰਤਜ਼ਾਮ ਕਰਾਂ? ਭਵ ਜਲ ਤਰਨ ਕੇ, ਸੰਸਾਰ ਵੀ ਸਾਗਰ ਨੂੰ ਤਰਨ ਵਾਸਤੇ। ਸਰਨ ਜਾਮ ਲਾਗ ਭੋਜਨ ਕਰਨ ਕੇ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੇ। ਇਹਦੇ ਵਿਅਰਥ ਹੀ ਜਾਇਆ ਜਾ ਰਿਹਾ, ਮਾਇਆ ਦੇ ਰੰਗ ਦੇ ਵਿੱਚ ਇੰਨਾ ਰੰਗਿਆ ਪਿਆ ਕਿ ਇਹ ਸਭ ਕੁਝ ਮੰਨੀ ਬੈਠਾ। ਸਾਗਰ ਤਰਿਆ ਸਾਧੂ ਸੰਗੇ, ਗੁਰੂ ਦੀ ਸਤ ਗੁਰੂ ਦੀ ਸੰਗਤ ਵਿੱਚ ਆ ਕੇ ਸੰਸਾਰ ਰੂਪੀ ਸਾਗਰ ਨੂੰ ਇਹ ਭਾਈ ਤਰਿਆ ਜਾ ਸਕਦਾ ਹੈ। ਸੰਸਾਰ ਰੂਪੀ ਸਾਗਰ ਨੂੰ ਤਰਨਾ ਕੋਈ ਔਖਾ ਥੋੜ੍ਹਾ। ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ। ਜਿਹੜਾ ਡਰ ਤੋਂ ਰਹਿਤ ਨਾਮ ਹੈ, ਨਿਰਭਉ ਨਾਮ ਜਪੋ ਹਰ ਰੰਗੇ, ਡਰ ਤੋਂ ਰਹਿਤ ਜਿਹੜਾ ਪਰਮਾਤਮਾ ਦਾ ਨਾਮ ਹੈ, ਉਹ ਹਰੀ ਦੇ ਰੰਗ ਦੇ ਵਿੱਚ, ਹਰੀ ਦੇ ਪ੍ਰੇਮ ਦੇ ਵਿੱਚ ਰੰਗੀਜ ਕੇ ਹੀ ਜਪਿਆ ਜਾ ਸਕਦਾ ਹੈ। ਜਿਹੜਾ ਪਰਮਾਤਮਾ ਨਿਰਭਉ ਹੈ, ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ, ਤਿੰਨ ਕਾ ਪਾਓ ਸਭ ਗਵਾਸੀ, ਉਹਨਾਂ ਦੇ ਡਰ ਸਾਰੇ ਖਤਮ ਹੋ ਜਾਂਦੇ। ਜਦੋਂ ਪਰਮਾਤਮਾ ਦੇ ਰੰਗ ਦੇ ਵਿੱਚ ਆ ਕੇ ਉਸ ਨਿਰਭਉ ਨੂੰ ਗਾਵੇਗਾ ਨਾ, ਤੇ ਫਿਰ ਸੱਚਮੁੱਚ ਹੀ ਖੁਦ ਨਿਰਭਉ ਹੋ ਜਾਵੇਗਾ, ਡਰ ਤੋਂ ਰਹਿਤ ਹੋ ਜਾਵੇਗਾ। ਜਿਹੋ ਜਿਹੇ ਨੂੰ ਸਿਮਰੇਗਾ ਉਹੋ ਜਿਹਾ ਹੋ ਜਾਵੇਗਾ। ਜੇ ਡਰ ਤੋਂ ਰਹਿਤ ਪਰਮਾਤਮਾ ਨੂੰ ਸਿਮਰੇਗਾ ਤੇ ਡਰ ਤੋਂ ਰਹਿਤ ਹੋ ਜਾਵੇਗਾ। ਜੇ ਵੈਰ ਰਹਿਤ ਪਰਮਾਤਮਾ ਨੂੰ ਸਿਮਰੇਗਾ ਤੇ ਵੈਰ ਰਹਿਤ ਹੋ ਜਾਵੇਗਾ। ਜਦੋਂ ਨਿਰਵੈਰ ਪਰਮਾਤਮਾ ਨੂੰ ਸਿਮਰੇਗਾ ਤੇ ਫਿਰ ਸਤਿਗੁਰ ਕਹੇ ਬਿਸਰ ਗਏ ਸਭ ਤਾਤਪੁਰੇ, ਜਬ ਤੇ ਸਾਧ ਸੰਗਤ ਹੋਏ ਭਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ।
ਫਿਰ ਤਾਂ ਏਦਾਂ ਦੀ ਆਵਾਜ਼ ਨਿਕਲੀ ਕਿ ਹੋਏ ਇਕੱਤਰ ਮੈਨੂੰ ਮੇਰੇ ਭਾਈ ਦੁਬਦਾ ਦੂਰ ਕਰੋ ਲਿਮਲਾਈ ਹਰ ਨਾਮੇ ਕੇ ਹੋਵੋ ਜੋਰੀ ਗੁਰਮੁਖ ਬੈਸੋ ਸਫਾ ਵਸਾਏ ਕਦੋਂ ਜਦੋਂ ਨਿਰਵੈਰ ਦੇ ਨਾਲ ਜੁੜੇਗਾ ਉਦੋਂ ਇਹ ਸਾਰਾ ਕੁਝ ਹੋਣਾ ਨਾ ਜਦੋਂ ਨਿਰਭਾਵ ਨਾਲ ਜੁੜੇਗਾ ਫੇਰ ਹੀ ਤੇਰੇ ਅੰਦਰੋਂ ਡਰ ਸਹਿਮ ਖਤਮ ਹੋ ਜਾਏ ਪ੍ਰਭ ਕੀ ਸ਼ਰਨ ਸਗਲ ਪਹਿਲਾ ਤੇ ਦੁੱਖ ਬਿਰਸੇ ਸੁਖ ਪਾਇਆ ਪ੍ਰਭੂ ਦੀ ਸ਼ਰਨ ਦੇ ਵਿੱਚ ਹੀ ਆ ਕੇ ਸਾਰੇ ਡਰ ਖਤਮ ਹੋ ਰਹੇ ਕਿਉਂਕਿ ਡਰ ਤੂੰ ਰਹਿ ਤੂੰ ਸਿਮ ਰਿਹਾ ਨਿਰਭੋ ਨਾਮ ਜਪੋ ਹਰ ਰੰਗੇ ਉਸ ਨਿਰਭੋ ਪਰਮਾਤਮਾ ਦੇ ਨਾਮ ਨੂੰ ਜਪ ਪਰ ਧੰਨ ਦੋਖ ਕਿਛ ਪਾਪ ਨਾ ਫੇੜੇ ਇਹ ਭਾਈ ਜਦੋਂ ਸਿਮਰਨ ਦੀ ਬਰਕਤ ਇਸ ਤਨ ਮਨ ਦੇ ਵਿੱਚ ਵਿਚਰਦੀ ਹੈ ਵਾਪਰਦੀ ਹੈ ਤੇ ਫਿਰ ਪਰਾਏ ਧੰਨ ਵੱਲ ਇਹ ਦ੍ਰਿਸ਼ਟੀ ਨਹੀਂ ਜਾਂਦੀ ਪਰ ਧੰਨ ਦੋਖ ਕੋਈ ਐਬ ਨਹੀਂ ਰਹਿ ਜਾਂਦਾ ਦੋਖ ਦਾ ਅਰਥ ਐਬ ਪਰ ਧੰਨ ਦੋਖ ਕਿਸ ਪਾਪ ਨਾ ਫੇਰੇ ਫਿਰ ਪਾਪ ਪਾਪ ਨਹੀਂ ਇਹ ਜਿੱਦ ਕਰੇਗੀ ਕਿਉਂ ਨਹੀਂ ਕਰੇਗੀ ਕਿਉਂਕਿ ਬੰਧਨ ਹਰ ਬੰਧਨਾ ਗੁਣ ਗਾਉ ਗੁਰਪਾਲ ਜਿਹਨੇ ਉਸ ਗੋਪਾਲ ਦੇ ਗੁਣ ਗਾਏ ਨੇ ਉਹਨੂੰ ਨਮਸਕਾਰ ਕੀਤੀ ਏ ਫਿਰ ਸਤਿਗੁਰੂ ਜੀ ਕਹਿੰਦੇ ਉਹਦੇ ਅੰਦਰੋਂ ਆ ਸਾਰੇ ਐਬ ਖਤਮ ਹੋ ਜਾਂਦੇ ਪਾਪੀ ਬਿਰਤੀ ਖਤਮ ਹੋ ਜਾਂਦੀ ਹੈ ਉਹਦੇ ਅੰਦਰੋਂ ਪਰਾਏ ਧੰਨ ਦੀ ਜਿਹੜੀ ਇੱਛਾ ਹੈ ਉਹ ਖਤਮ ਹੋ ਜਾਂਦੀ ਪਰ ਧੰਨ ਦੋਖ ਕਿਛ ਪਾਪ ਨਾ ਫੇੜੇ ਜਮ ਜਮਦਾਰ ਨਾ ਆਵੇ ਨੇੜੇ ਸਤਿਗੁਰੂ ਜੀ ਕਹਿੰਦੇ ਫਿਰ ਜਮ ਜਮਦਾਰ ਜਮਦੂਤ ਇਹਦੇ ਨੇੜੇ ਟੁੱਕਦੇ ਭਾਵ ਕਿ ਮੌਤ ਦਾ ਡਰ ਮੌਤ ਦਾ ਸਹਿਮ ਇਹਦੇ ਅੰਦਰੋਂ ਖਤਮ ਹੋ ਜਾਂਦਾ ਨਹੀਂ ਤੇ ਬੰਦਾ ਡਰਦਾ ਬੰਦਾ ਸਫ਼ਰ ਕਰ ਰਿਹਾ ਤਾਂ ਡਰ ਰਿਹਾ ਹੈ ਬੰਦਾ ਰੋਟੀ ਖਾ ਰਿਹਾ ਤਾਂ ਡਰ ਰਿਹਾ ਬੰਦਾ ਕੋਈ ਚੀਜ਼ ਖਾ ਰਿਹਾ ਤਾਂ ਡਰ ਰਿਹਾ ਡਰ ਹੀ ਇਹਨੂੰ ਮੌਤ ਦਾ ਬੰਦੇ ਦੇ ਅੰਦਰ ਤੇ ਜਿਹੜਾ ਉਸ ਮਾਲਕ ਦੇ ਗੁਣ ਗਾਉਂਦੇ ਬੰਦਨਾ ਬੰਦਨਾ ਗੁਣ ਗਾਵੋ ਕੋ ਪਾਲਣਾ ਜਦੋਂ ਉਹਦੇ ਗੁਣਾਂ ਨੂੰ ਗਾਵੇਗਾ ਫਿਰ ਮੌਤ ਤੋਂ ਉਪਰਾਮ ਹੋ ਜਾਏਗਾ ਮੌਤ ਦਾ ਸਹਿਬ ਨਹੀਂ ਮੌਤ ਦਾ ਡਰ ਨਹੀਂ ਫਿਰ ਭਾਵੇਂ ਜਿੱਦਾਂ ਦੀ ਮਰਜ਼ੀ ਭਿਆਨਕ ਤੋਂ ਭਿਆਨਕ ਮੌਤ ਹੋਵੇ ਜਦੋਂ ਉਸ ਮਾਲਕ ਦੇ ਗੁਣ ਗਾਉਂਦਾ ਨਾ ਫਿਰ ਮੌਤ ਦਾ ਜਿਹੜਾ ਡਰ ਹੈ ਉਹ ਖਤਮ ਹੋ ਜਾਂਦਾ ਉਹ ਫਿਰ ਭਾਵੇਂ ਚੜਕਰੀਆਂ ਤੇ ਚੜ੍ਹਨਾ ਪੈ ਜਾਵੇ ਭਾਵੇਂ ਨੀਹਾਂ ਦੇ ਵਿੱਚ ਖੜ ਕੇ ਆਪਣੇ ਆਪ ਨੂੰ ਚਨਾਉਣਾ ਪੈ ਜਾਵੇ ਭਾਵੇਂ ਬੰਦ ਬੰਦ ਕਟਾਉਣਾ ਪਵੇ ਭਾਵੇਂ ਪੋਟਾ ਪੋਟਾ ਕਟਵਾਉਣਾ ਪੈ ਜਾਵੇ ਫਿਰ ਮੌਤ ਦਾ ਡਰ ਨਹੀਂ ਫਿਰ ਜਨਮ ਦਾ ਡਰ ਨਹੀਂ ਕਿਉਂਕਿ ਉਹ ਪਰਮਾਤਮਾ ਦੀ ਜਦੋਂ ਵੰਦਨਾ ਕਰਦਾ ਜਦੋਂ ਉਹਦੇ ਗੁਣ ਗਾਉਂਦਾ ਉਦੋਂ ਇਹ ਚੀਜ਼ਾਂ ਇਹ ਡਰ ਇਹ ਸਹਿਮ ਸਾਰੇ ਨਿਕਲ ਜਾਂਦੇ ਹਨ ਜਮ ਜਮਦਾਰ ਨਾ ਆਵੇ ਨੇੜੇ ਮੌਤ ਨੇੜੇ ਨਹੀਂ ਟੁੱਕਦੀ ਆਤਮਿਕ ਮੌਤ ਦਾ ਜਿਹੜੀ ਚਿੰਤਾ ਹੈ ਡਰ ਹੈ ਉਹ ਖਤਮ ਹੋ ਜਾਂਦੀ ਹੈ ਫਿਰ ਬੰਦਾ ਆਤਮਿਕ ਤੌਰ ਤੇ ਜਿਉਂਦਾ ਹੈ ਆਤਮਿਕ ਤੌਰ ਤੇ ਬਲਵਾਨ ਹੈ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਪ੍ਰਭੂ ਨੇ ਇਸ ਅੰਦਰੋਂ ਆਪ ਬੁਝਾ ਦਿੱਤੀ ਕਦੋਂ ਜਦੋਂ ਉਸ ਮਾਲਕ ਦੇ ਗੁਣ ਗਾਏ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਸਾਹਿਬ ਜਦੋਂ ਗੁਣਾਂ ਨੂੰ ਗਾਇਆ ਉਸ ਨੂੰ ਨਮਸਕਾਰ ਕੀਤੀ ਤੇ ਫਿਰ ਮਾਲਕ ਨੇ ਐਸੀ ਕਿਰਪਾ ਕੀਤੀ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਤਰੇ ਪ੍ਰਭ ਸ਼ਰਨਾਈ ਹੈ ਨਾਨਕ ਪ੍ਰਭੂ ਦੀ ਸ਼ਰਨ ਦੇ ਵਿੱਚ ਪੈ ਕੇ ਇਹ ਸੰਸਾਰ ਵੀ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ ਉਦਾਰ ਹੋ ਜਾਂਦਾ ਹੈ ਬੰਦਾ ਇਹ ਸੰਸਾਰ ਵੀ ਸਾਗਰ ਤੋਂ ਪਾਰ ਹੋ ਜਾਂਦਾ ਹੈ ਭਾਵ ਕਿ ਉਹਦੇ ਅੰਦਰੋਂ ਆ ਜਿਹੜੇ ਵਿਸ਼ੇ ਵਿਕਾਰ ਜਿਹੜੀਆਂ ਮਾੜੇ ਖਿਆਲਾਤ ਮਾੜੀਆਂ ਆਦਤਾਂ ਨੇ ਉਹ ਖਤਮ ਹੋ ਜਾਂਦੀਆਂ ਨੇ ਫਿਰ ਸੰਸਾਰ ਵੀ ਸਮੁੰਦਰ ਤੋਂ ਉਪਰਾਮ ਹੋ ਜਾਂਦਾ ਹੈ ਤਰ ਜਾਂਦਾ ਹੈ ਤਰਨ ਦਾ ਮਤਲਬ ਕਿ ਆਪਣੀ ਬਿਰਤੀ ਨੂੰ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਖਰਚਤ ਨਹੀਂ ਕਰਦਾ ਜਦੋਂ ਸਮੁੰਦਰ ਦੇ ਵਿੱਚ ਬੰਦਾ ਡੁਬਕੀ ਲਾਵੇਗਾ ਸਮੁੰਦਰ ਦੇ ਵਿੱਚ ਜਦੋਂ ਡੁੱਬਦਾ ਤੇ ਡੁੱਬਦਾ ਉਹ ਉਦੋਂ ਹੀ ਜਦੋਂ ਅਣਜਾਣ ਹੁੰਦਾ ਜਦੋਂ ਬੰਦਾ ਸਮਝਦਾਰ ਹੋਵੇਗਾ ਸਿਆਣਾ ਹੋਵੇਗਾ ਫਿਰ ਇਹਦੇ ਵਿੱਚ ਡੁੱਬੇਗਾ ਨਹੀਂ ਪਾਪ ਖਰਚਤ ਨਹੀਂ ਹੋਵੇਗਾ ਸੰਸਾਰ ਰੂਪੀ ਸਮੁੰਦਰ ਨੂੰ ਉਪਰਾਮ ਹੋ ਜਾਵੇਗਾ ਕਿਵੇਂ ਜਿਵੇਂ ਇੱਕ ਮੁਰਗਾਦੀ ਪਾਣੀ ਦੇ ਉੱਤੇ ਰਹਿੰਦੇ ਆ ਉੱਤੇ ਤਰਦੀ ਆ ਆਪਣੇ ਖੰਭਾਂ ਨੂੰ ਗਿੱਲਿਆ ਨਹੀਂ ਨਾ ਹੁੰਦੇ ਏਦਾਂ ਕਰਕੇ ਉਹ ਸੰਸਾਰ ਦੇ ਵਿੱਚ ਰਹਿੰਦਿਆਂ ਤਰ ਜਾਵੇਗਾ ਏਦਾਂ ਕਰਕੇ ਉਹ ਕਦੇ ਵੀ ਸੰਸਾਰ ਵਿੱਚ ਡੁੱਬੇਗਾ ਨਹੀਂ ਜੈਸੇ ਜਲ ਮੇ ਕਮਲ ਨਿਰਾਲ ਮੁਰਗਾਈ ਨੇ ਸਾਣੇ ਕਮਲ ਚਿੱਕੜ ਦੇ ਵਿੱਚ ਰਹਿੰਦਾ ਵੀ ਨਿਰਲੇਪ ਵੇਖਿਆ ਨਾ ਕਮਲ ਕਮਲ ਆਪਣੀਆਂ ਪੰਖੜੀਆਂ ਚਿੱਕੜ ਦੇ ਵਿੱਚ ਗੰਦਾ ਨਹੀਂ ਹੋ ਜਾਂਦਾ ਉਹਦੀ ਪੈਦਾਇਸ਼ ਚਿੱਕੜ ਦੇ ਵਿੱਚ ਉਹਦੀ ਪੈਦਾਇਸ਼ ਕਿੱਥੇ ਹੈ ਚਿੱਕੜ ਦੇ ਵਿੱਚ ਕਮਲ ਦੇ ਫੁੱਲ ਦੀ ਤੇ ਉਹ ਚਿੱਕੜ ਦੇ ਵਿੱਚ ਰਹਿੰਦਾ ਹੋਇਆ ਵੀ ਆਪਣੇ ਆਪ ਨੂੰ ਨਿਰਲੇਪ ਰੱਖਦਾ ਹੈ ਭਾਵ ਕਿ ਸੰਸਾਰ ਵੀ ਸਮੁੰਦਰ ਸਾਗਰ ਦੇ ਵਿੱਚ ਬੜਾ ਐਸਾ ਕੁਝ ਹੈ ਜਿਹੜਾ ਬੰਦੇ ਦੀ ਬਿਰਤੀ ਨੂੰ ਗੰਦਲਾ ਕਰਦਾ ਹੈ
ਸਤਿਗੁਰੂ ਜੀ ਕਹਿੰਦੇ ਏਦਾਂ ਦੀ ਬਿਰਤੀ ਬਣ ਜਾ ਜੈਸੇ ਜਲ ਮੇ ਕਮਲ ਨਿਰਾਲਮ ਮੁਰਗਾਈ ਨੇ ਸਾਨੇ। ਮੁਰਗਾਬੀ ਪਾਣੀ ਦੇ ਉੱਤੇ ਤਰਦੀ ਤੇ ਆਪਣੇ ਖੰਭਾਂ ਨੂੰ ਗਿੱਲੇ ਨਹੀਂ ਨਾ ਹੋਣ ਦਿੰਦੀ। ਏਦਾਂ ਸੂਰਤ ਸ਼ਬਦ ਭਾਵ ਸਾਗਰ ਤਰੀਏ, ਏਦਾਂ ਆਪਣੀ ਸੂਰਤ ਨੂੰ ਸੰਸਾਰ ਰੂਪੀ ਸਾਗਰ ਤੋਂ ਉਪਰਾਮ ਰੱਖਣਾ ਤਾਂ ਰੱਖਣਾ ਤਦੋਂ ਇਹ ਤਰ ਸਕਦੀ ਹੈ। ਸਤਿਗੁਰੂ ਜੀ ਕਿਰਪਾ ਕਰਨ ਕਿ ਸਾਡਾ ਜੀਵਨ ਵੀ ਸੰਸਾਰ ਵਿੱਚ ਆ ਕੇ ਉਸ ਮਾਲਕ ਦੇ ਦੱਸੇ ਅਨੁਸਾਰ ਬਤੀਤ ਹੋ ਜਾਵੇ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਤਰੇ ਪ੍ਰਭ ਸ਼ਰਨਾਏ। ਜਦੋਂ ਪ੍ਰਭੂ ਦੀ ਸ਼ਰਨ ਦੇ ਵਿੱਚ ਆ ਜਾਵੇਗਾ ਤੇ ਤੇਰਾ ਉਧਾਰ ਹੋ ਜਾਵੇਗਾ, ਸੰਸਾਰ ਰੂਪੀ ਸਾਗਰ ਤੋਂ ਤਰ ਜਾਵੇਗਾ। ਇਹ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ਼ਬਦ ਸੀ, ਜਿਸ ਦੀ ਆਪਾਂ ਵਿਚਾਰ ਕੀਤੀ ਹੈ। ਵਿਚਾਰਾਂ ਕਰਦੇ ਪਾਸੋਂ ਅਣਗਿਣਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ। ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਗੁਰੂ ਬਖਸ਼ਣ ਹਾਰ ਹੈ। ਆਓ ਅੰਤ ਨੂੰ ਪਾਓ ਫਤਿਹ ਨਾਲ ਸਾਂਝ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।